ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ। ਹਮ ਅਵਗੁਣ ਪਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਹਿ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਟੋਕ ਹੈਗੀ ਉਹ ਹੋਮੇ ਦੇ ਉੱਤੇ ਹੈਗੀ ਹੈ। ਵੈਸੇ ਸਾਡਾ ਪਲਾਨ ਸੀ ਕਿ ਅਸੀਂ ਇੱਥੇ ਪ੍ਰੋਜੈਕਟਰ ਲਾਵਾਂਗੇ ਅਤੇ ਟੋਕ ਥੋੜ੍ਹੀ ਇੰਟਰੈਕਟਿਵ ਹੋ ਸਕੇ, ਪਰ ਅਗਰ ਕੋਈ ਹੋਮੇ ਇੱਕ ਇਹ ਟੋਪਿਕ ਹੈਗਾ ਜਿਹੜਾ ਅਸੀਂ ਸੁਣਦੇ ਆਏ ਹਾਂ ਫਰੋਮ ਦਾ ਵੈਰੀ ਬਿਗਿਨਿੰਗ, ਸਿੰਸ ਵੀ ਵਰ ਵੈਰੀ ਲਿਟਲ, ਕਿ ਹੋਮੇ ਵੀ ਹੈਵ ਟੂ ਗੈਟ ਰਿਡ ਆਫ ਆਰ ਹੋਮੇ ਨੂੰ ਗਵਾਉਣਾ ਹੈ। ਬਟ ਅਸੀਂ ਸਾਰਿਆਂ ਨੂੰ, ਇਸਪੈਸ਼ਲੀ ਸਾਡਾ ਜਿਹੜਾ ਯੂਥ ਹੈਗਾ, ਕਿਸੇ ਨੂੰ ਪਤਾ ਹੀ ਨਹੀਂ ਹੈਗਾ, ਸਾਨੂੰ ਐਗਜੈਕਟਲੀ ਆਈਡੀਆ ਨਹੀਂ ਹੈਗਾ ਕਿ ਹੋਮੇ ਕੀ ਹੈਗੀ ਹੈ, ਇਹ ਚੀਜ਼ ਕਿਹੜੀ ਹੈਗੀ ਹੈ। ਟੂ ਗੈਟ ਰਿਡ ਆਫ ਅ ਪ੍ਰੋਬਲਮ, ਸਾਨੂੰ ਕਿਸੇ ਚੀਜ਼ ਦਾ ਅਗਰ ਸਲਿਊਸ਼ਨ ਕੱਢਣਾ ਤਾਂ ਘੱਟ ਤੋਂ ਘੱਟ ਸਾਨੂੰ ਪ੍ਰੋਬਲਮ ਪਤਾ ਹੋਣੀ ਚਾਹੀਦੀ ਹੈ ਕਿ ਪ੍ਰੋਬਲਮ ਹੈਗੀ ਕੀ। ਵੀ ਸ਼ੁੱਡ ਨੋ ਐਵਰੀਥਿੰਗ ਅਬਾਊਟ ਦ ਪ੍ਰੋਬਲਮ, ਓਨਲੀ ਦੈਨ ਵੀਡ ਬੀ ਏਬਲ ਟੂ ਗੈਟ ਟੂ ਦ ਰੂਟ ਕੋਜ਼ ਐਂਡ ਫਾਈਂਡ ਅ ਸਲਿਊਸ਼ਨ ਫੋਰ ਦ ਪ੍ਰੋਬਲਮ। ਸੋ ਹੋਮੇ ਇੱਕ ਹੈਗਾ ਜਿਹੜੀ ਅਸੀਂ ਇੱਕ ਸੈਪਰੇਟ ਐਂਟੀਟੀ ਸਮਝਦੇ ਹਾਂ, ਦੀ ਆਈਡੀਆ ਆਫ ਆਏ, ਬਟ ਗੁਰਬਾਣੀ ਵਿੱਚ ਇਟ ਮੀਨਸ ਆਏ ਐਮ। ਬਟ ਟੂ ਇਲੈਬੋਰੇਟ, ਬਿਫੋਰ ਆਈ ਸਟਾਰਟ ਇਲੈਬੋਰੇਟਿੰਗ ਦਿਸ, ਸਾਨੂੰ ਲੱਗਦਾ ਕਿ ਅਸੀਂ ਕਦੀ ਕਦੀ ਹੋਮੇ ਵਿੱਚ ਹੁੰਦੇ ਹਾਂ, ਕਿ ਅਸੀਂ ਵੀ ਓਨਲੀ ਡੂ ਐਕਟਸ ਆਫ ਈਗੋ। ਹੋਮੇ ਮੀਨਸ ਈਗੋ, ਰਾਈਟ? ਕਿ ਕਦੀ ਕਦੀ ਅਸੀਂ ਹੋਮੇ ਵਿੱਚ ਹੁੰਦੇ ਹਾਂ, ਅਗਰ ਅਸੀਂ ਕਿਸੇ ਨਾਲ ਗੰਦੀ ਤਰ੍ਹਾਂ ਗੱਲ ਕਰੀਏ ਜਾਂ ਕਿਸੇ ਨੂੰ ਠੀਕ ਤਰ੍ਹਾਂ ਟ੍ਰੀਟ ਨਾ ਕਰੀਏ, ਦੈਟ ਇਜ਼ ਵੈਨ ਵੀ ਥਿੰਕ ਕਿ ਅਸੀਂ ਈਗੋ ਵਿੱਚ ਹਾਂ। ਬਟ ਗੁਰੂ ਸਾਹਿਬ ਕਹਿੰਦੇ ਨੇ, ਹੋ ਵਿੱਚ ਆਇਆ ਹੋ ਵਿੱਚ ਗਿਆ, ਹੋ ਵਿੱਚ ਜੰਮਿਆ ਹੋ ਵਿੱਚ ਮੂਆ। ਅਸੀਂ ਆਸਾ ਦੀ ਵਾਰ 'ਚ ਪੜ੍ਹਦੇ ਹਾਂ ਅਤੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਦ ਤੂੰ ਅਸੀਂ ਆਏ ਹਾਂ ਇੱਥੇ ਅਤੇ ਜਦ ਜਾਵਾਂਗੇ, ਪੂਰਾ ਟਾਈਮ ਵੀ ਸਪੈਂਡ ਆਰ ਇੰਟਾਇਰ ਲਾਈਫ ਇਨ ਈਗੋ ਐਂਡ ਨੋਟ ਨੋਇੰਗ ਵਟ ਈਗੋ ਇਜ਼। ਇਟਸ ਨੋਟ ਜਸਟ ਸਮਥਿੰਗ ਦੈਟ ਵੀ ਡੂ ਸਮ ਟਾਈਮਸ, ਕਿ ਕਦੀ ਕਦੀ ਵੀ ਗੈਟ ਟੇਕਨ ਓਵਰ ਬਾਏ ਆਰ ਈਗੋ ਅਤੇ ਅਸੀਂ ਹੋਮੇ ਵਿੱਚ ਆ ਕੇ ਕਿਸੇ ਨੂੰ ਕੁਛ ਕਹਿਤਾ ਜਾਂ ਕੁਛ ਕਰਤਾ। ਅਸੀਂ ਆਉਂਦੇ ਹੀ ਹੋਮੇ ਵਿੱਚ, ਅਸੀਂ ਇਸੀ ਫੇਜ਼ 'ਚ ਰਹਿ ਕੇ ਚਲੇ ਜਾਂਦੇ ਹਾਂ। ਦੈਟ ਇਜ਼ ਵਾਟ ਇਜ਼ ਈਗੋ। ਅਤੇ ਅੱਜ ਵੀਲ ਟਰਾਈ ਐਂਡ ਅੰਡਰਸਟੈਂਡ ਈਗੋ ਬੈਟਰ, ਕਿ ਈਗੋ ਹੈਗਾ ਕੀ ਚੀਜ਼ ਹੈ। ਜਿਹੜੇ ਮੇਰੇ ਵਰਗੇ ਨਿਊ ਕਮਰਸ ਨੇ ਹੁਣੇ ਹੀ ਡਿਸਕਵਰ ਕੀਤਾ ਹੈ ਹੋਮੇ ਦਾ ਮਤਲਬ, ਲਾਈਕ ਵੀ ਕੈਨ ਓਨਲੀ ਅੰਡਰਸਟੈਂਡ ਇਟ ਥਰੂ ਆਰ ਇੰਟਲੈਕਟ, ਵੀ ਹੈਵ ਐਨ ਐਕਸਪੀਰੀਅੰਸਡ ਇਟ, ਬਟ ਦਿਮਾਗ ਤੋਂ ਸਮਝ ਸਕਦੇ ਹਾਂ ਕਿ ਹੋਮੇ ਹੈਗਾ ਕੀ ਹੈ। ਅਤੇ ਬਾਕੀ ਜਿਹੜੇ ਇੱਥੇ ਬੈਠੇ ਨੇ ਜਿਹਨਾਂ ਨੂੰ ਪਤਾ ਹੈਗਾ, ਅਤੇ ਉਹੀ ਟੋਪਿਕ ਅਸੀਂ ਅੱਜ ਥੋੜ੍ਹਾ ਜਿਹਾ ਹੋਰ ਬ੍ਰਸ਼ਅਪ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿ ਸਭ ਨੂੰ ਸਮਝ ਆ ਜਾਏ ਇੱਕ ਈਜ਼ੀ ਤਰੀਕੇ ਨਾਲ ਕਿ ਹੈਗਾ ਕੀ ਹੈ। ਅਤੇ ਸਭ ਤੋਂ ਪਹਿਲੇ ਹੋਮੇ ਨੂੰ ਸਮਝਣ ਤੋਂ ਪਹਿਲਾਂ, ਦ ਮੇਨ ਇੰਪੋਰਟੈਂਟ ਦ ਥਿੰਗ ਇਜ਼ ਟੂ ਨੋ ਦ ਡਿਫਰੈਂਸ ਬਿਟਵੀਨ ਹੋਮੇ ਐਂਡ ਅਹੰਕਾਰ। ਅਸੀਂ ਕਦੀ ਕਦੀ ਕਨਫਿਊਜ਼ ਕਰ ਦਿੰਦੇ ਹਾਂ ਕਿ ਹੋਮੇ ਅਤੇ ਅਹੰਕਾਰ ਇੱਕ ਹੀ ਚੀਜ਼ ਹੈਗੀ ਹੈ। ਹੋਮੇ ਦਾ ਮਤਲਬ ਹੁੰਦਾ ਈਗੋ ਅਤੇ ਅਹੰਕਾਰ ਹੁੰਦਾ ਸਾਡਾ ਪ੍ਰਾਈਡ। ਅਹੰਕਾਰ ਹੁੰਦਾ ਜਦ ਅਸੀਂ ਆਪਣੇ ਆਪ ਨੂੰ ਦੂਜਿਆਂ ਤੋਂ ਬੈਟਰ ਸਮਝਦੇ ਹਾਂ, ਉਹ ਹੁੰਦਾ ਅਹੰਕਾਰ। ਜਾਂ ਸਾਨੂੰ ਲੱਗਦਾ ਕਿ ਅਸੀਂ ਇਸ ਚੀਜ਼ 'ਚ ਬੈਟਰ ਹਾਂ, ਜਾਂ ਬਿਕੋਜ਼ ਆਈ ਐਮ ਸਕਿੱਲਡ, ਇਸ ਚੀਜ਼ 'ਚ ਮੈਂ ਸਕਿੱਲਡ ਹਾਂ ਅਤੇ ਮੇਰਾ ਇਹ ਸਕਿੱਲ ਬੈਟਰ ਹੈਗਾ, ਜਾਂ ਮੈਂ ਇਸ ਚੀਜ਼ 'ਚ ਮੈਂ ਆਪਣੇ ਕੰਮ ਵਿੱਚ ਜ਼ਿਆਦਾ ਅੱਛਾ ਹਾਂ, ਜਾਂ ਮੈਂ ਆਰਟ 'ਚ ਜ਼ਿਆਦਾ ਅੱਛਾ, ਜਾਂ ਮੈਂ ਕੁਕਿੰਗ 'ਚ ਜ਼ਿਆਦਾ ਅੱਛਾ।
ਉਹ ਹੁੰਦਾ ਅਹੰਕਾਰ ਸਾਡਾ, ਜਦ ਸਾਨੂੰ ਲੱਗਦਾ ਕਿ ਅਸੀਂ ਸਭ ਕੁਛ ਹਾਂ, ਅਸੀਂ ਸਭ ਤੋਂ ਅੱਛੇ ਹਾਂ। ਅਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਆ ਥੋੜ੍ਹੀ ਬਾਤ ਗੁਮਾਨ, ਗੁਮਾਨ ਦਾ ਮਤਲਬ ਅਹੰਕਾਰ, ਕਿ ਥੋੜ੍ਹੀ ਜਿਹੀ ਇਹ ਛੋਟੀ ਜਿਹੀ ਗੱਲ ਹੈਗੀ ਹੈ ਉਹਦਾ ਅਸੀਂ ਇੰਨਾ ਅਹੰਕਾਰ ਕਰਨੇ ਹਾਂ। ਇਹ ਛੋਟੀ ਜਿਹੀ ਅਨੂ ਸਾਨੂੰ ਇੱਕ ਹਿਊਮਨ ਲਾਈਫ ਜਿਹੜੀ ਮਿਲੀ ਹੈ ਉਹ ਥੋੜ੍ਹਾ ਲਿਮਿਟਡ ਟਾਈਮ ਹੈਗਾ ਇੱਥੇ, ਉਹਦਾ ਅਸੀਂ ਇੰਨਾ ਅਹੰਕਾਰ ਕਰਨੇ ਹਾਂ, ਇੰਨਾ ਗੁਮਾਨ ਕਰਨੇ ਹਾਂ। ਜੈਸੇ ਰਹਿਣ ਪਹੋੜੇ ਪਰੌੜੇ, ਜਿਵੇਂ ਮਹਿਮਾਨ ਹੁੰਦੇ ਨੇ ਘਰ ਆਉਂਦੇ ਨੇ, ਪਰਾਹੁਣੇ ਆਉਂਦੇ ਨੇ ਘਰ ਰਹਿਣ ਵਾਸਤੇ, ਉਨਾ ਹੀ ਟਾਈਮ ਹੈਗਾ ਸਾਡਾ ਇੱਥੇ, ਅਤੇ ਅਸੀਂ ਉਸ ਟਾਈਮ ਦਾ ਵੀ ਅਹੰਕਾਰ ਕਰਨੇ ਹਾਂ ਕਿ ਦਿਸ ਇਜ਼ ਵਾਟ ਆਈ ਹੈਵ ਅਚੀਵਡ ਇਨ ਲਾਈਫ। ਸਾਡੇ ਜਿੰਨੇ ਵੀ ਅਚੀਵਮੈਂਟਸ ਨੇ, ਸਕਸੈਸਿਸ ਨੇ, ਉਹਦਾ ਅਸੀਂ ਅਹੰਕਾਰ ਕਰ ਬੈਠਦੇ ਹਾਂ ਇਸ ਲਿਮਿਟਡ ਟਾਈਮ ਫੇਜ਼ 'ਚ ਜਿਹੜਾ ਸਾਨੂੰ ਦਿੱਤਾ ਗਿਆ ਹੈ ਇਹ ਹਿਊਮਨ ਬੋਡੀ ਦਾ। ਅਤੇ ਮਹਾਰਾਜ ਉਹੀ ਕਹਿ ਰਹੇ ਨੇ ਉੱਠ ਚਲਸੈ ਪ੍ਰਭਾਤ, ਕਿ ਜਿਵੇਂ ਹੀ ਸਵੇਰ ਹੋਏਗੀ, ਐਜ਼ ਸੂਨ ਐਜ਼ ਦਿਸ ਬੋਡੀ ਕਮਸ ਟੂ ਐਨ ਐਂਡ, ਜਦ ਅਸੀਂ ਚਲੇ ਜਾਣਾ ਉਹ ਟਾਈਮ ਵੀ ਖਤਮ ਹੋ ਜਾਣਾ, ਅਤੇ ਉਸ ਅਹੰਕਾਰ ਦਾ ਕੋਈ ਫਾਇਦਾ ਨਹੀਂ ਹੈ। ਇਸ ਤੋਂ ਅੱਛਾ ਹੈਗਾ ਅਸੀਂ ਇਹ ਟਾਈਮ ਕਿਸੇ ਹੋਰ ਚੀਜ਼ ਯੂਜ ਕਰੀਏ। ਅਹੰਕਾਰ ਅਸੀਂ ਹਰ ਚੀਜ਼ 'ਚ ਕਰਨੇ ਹਾਂ। ਅਤੇ ਹੁਣ ਹੋਮੇ ਦੀ ਅਗਰ ਗੱਲ ਕਰੀਏ, ਹੋਮੇ ਅਹੰਕਾਰ ਤੋਂ ਕੀ ਚੀਜ਼ ਹੈਗੀ ਹੈ ਕਿ ਇਹ ਡਿਫਰੈਂਟ ਹੈਗੀ ਹੈ। ਹੋਮੇ ਦਾ ਮਤਲਬ ਹੈਗਾ ਜਿਹੜੀ ਅਸੀਂ ਲੇਅਰਸ ਆਪਣੇ ਉੱਤੇ ਪਾਉਂਦੇ ਰਹਿੰਦੇ ਹਾਂ ਛੋਟੇ ਹੁੰਦੇ ਤੋਂ। ਸਿੰਸ ਦ ਡੇ ਵੀ ਵਰ ਬੋਰਨ ਵਿਦ ਅ ਸਰਟਨ ਸੈਟ ਆਫ ਲੇਅਰਸ, ਜਿਵੇਂ ਇੱਕ ਅਨੀਅਨ ਦੀ ਲੇਅਰਸ ਹੁੰਦੀਆਂ ਨੇ ਪਿਆਜ਼ ਦੀ, ਅਤੇ ਉਹ ਲੇਅਰ ਇੱਕ ਇੱਕ ਕਰਕੇ ਅਗਰ ਅਸੀਂ ਹਟਾਈਏ ਤਾਂ ਅਸੀਂ ਬਿਲਕੁਲ ਲਾਸਟ ਜਿਹੜੀ ਲੇਅਰ ਹੁੰਦੀ ਉਹਨੂੰ ਅਸੀਂ ਕੋਰ ਕਹਿੰਦੇ ਹਾਂ, ਜਿਹੜਾ ਮੂਲ ਹੁੰਦਾ ਹੈ। ਉਹ ਵੀ ਸਾਡੀ ਲਾਈਫ ਦਾ ਮੂਲ ਸਾਨੂੰ ਸਿਖਾਇਆ ਨਹੀਂ ਜਾਂਦਾ, ਜਾਂ ਗੁਰਦੁਆਰੇ ਆ ਕੇ ਸਾਨੂੰ ਪਤਾ ਨਹੀਂ ਚੱਲਦਾ ਕਿ ਮੂਲ ਕੀ ਹੈਗਾ, ਅਤੇ ਅਸੀਂ ਉਹ ਮੂਲ ਹੀ ਐਕਚੁਅਲ 'ਚ ਰਿਐਲਿਟੀ ਹੈਗੀ ਹੈ, ਅਤੇ ਅਸੀਂ ਉਹ ਲੇਅਰਸ ਨੂੰ ਰਿਐਲਿਟੀ ਮੰਨ ਲੈਂਦੇ ਹਾਂ। ਜਿਵੇਂ ਵੈਨ ਵੀ ਆਰ ਬੋਰਨ ਵੀ ਹੈਵ ਬੀਨ ਗਿਵਨ ਅ ਜੈਂਡਰ, ਸਾਡਾ ਜੈਂਡਰ ਅਸੀਂ ਬਦਲ ਨਹੀਂ ਸਕਦੇ। ਵੀ ਹੈਵ ਅ ਫੈਮਿਲੀ ਦਿੱਤੀ ਹੈ ਗੁਰੂ ਸਾਹਿਬ ਨੇ, ਫੈਮਿਲੀ ਅਸੀਂ ਬਦਲ ਨਹੀਂ ਸਕਦੇ। ਅਤੇ ਸਾਡੀ ਨੈਸ਼ਨੈਲਿਟੀ ਕੀ ਹੈਗੀ ਹੈ, ਕਿਹੜੀ ਕੰਟਰੀ ਅਸੀਂ ਪੈਦਾ ਹੋਏ ਹਾਂ, ਸਾਡਾ ਸਕਿਨ ਕਲਰ ਕੀ ਹੈਗਾ, ਇਹ ਸਾਰੀ ਚੀਜ਼ਾਂ ਨੇ ਇੱਕ ਇੱਕ ਲੇਅਰ ਹੈਗੀ ਹੈ ਹੋਮੇ ਦੀ, ਇਹ ਅਸੀਂ ਬਦਲ ਨਹੀਂ ਸਕਦੇ। ਅਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਅਸੀਂ ਵੱਡੇ ਹੋਣੇ ਜਾਂਦੇ ਹਾਂ, ਔਰ ਲੇਅਰਸ ਸੋਸਾਇਟੀ ਦੀ ਜਿਹੜੀ ਕੰਡੀਸ਼ਨਿੰਗ ਹੁੰਦੀ ਹੈ, ਵੀ ਗੈਟ ਕੰਡੀਸ਼ਨਡ ਬਾਏ ਦਾ ਸੋਸਾਇਟੀ ਐਟ ਐਵਰੀ ਫੇਜ਼ ਆਫ ਆਰ ਲਾਈਫ, ਅਤੇ ਉਹ ਕੰਡੀਸ਼ਨਿੰਗ ਵੀ ਜਦ ਐਡ ਹੁੰਦੀ ਜਾਂਦੀ ਹੈ ਕਿ ਅਸੀਂ ਸਕੂਲ ਗਏ, ਨੋ ਦੈਟ ਬਿਕਮਸ ਅ ਪਾਰਟ ਆਫ ਮੀ, ਦੈਟ ਬਿਕਮਸ ਅਨਦਰ ਲੇਅਰ, ਫਿਰ ਮੈਂ ਵੱਡੇ ਹੋ ਕੇ ਆਰਟਿਸਟ ਬਣ ਗਈ ਜਾਂ ਪੋਇਟ ਬਣ ਗਈ ਜਾਂ ਡਾਕਟਰ ਬਣ ਗਈ, ਦੈਟ ਬਿਕਮਸ ਅਨਦਰ ਲੇਅਰ। ਫਿਰ ਵੀ ਸਟਾਰਟ ਐਡਿੰਗ ਦੀ ਐਕਸਟੈਂਸ਼ਨ ਟੂ ਆਰ ਲੇਅਰ, ਲਾਈਕ ਵੀ ਗੈਟ ਮੈਰਿਡ ਔਰ ਵੀ ਗੈਟ ਅ ਪ੍ਰਮੋਸ਼ਨ, ਜਾਂ ਉਸ ਤੋਂ ਬਾਅਦ ਜਿਵੇਂ ਵੀ ਹੈਵ ਅ ਚਾਇਲਡ, ਸੋ ਆਈ ਬਿਕਮ ਅ ਮਦਰ, ਦੈਨ ਆਈ ਬਿਕਮ ਅ ਗ੍ਰੈਂਡ ਮਦਰ, ਸੋ ਆਈ ਕੀਪ ਔਨ ਅਟੈਚਿੰਗ ਲੇਅਰਸ ਐਂਡ ਆਈ ਥਿੰਕ ਆਫ ਦੈਟ ਟੂ ਬੀ ਮਾਈ ਸੈਲਫ, ਦੈਟ ਦਿਸ ਇਜ਼ ਵਾਟ ਆਈ ਐਮ, ਆਈ ਐਮ ਦਿਸ ਬੋਡੀ, ਆਈ ਐਮ ਦਿਸ ਪਰਸਨ, ਮੈਂ ਇਹ ਅਚੀਵ ਕੀਤਾ ਆਪਣੀ ਲਾਈਫ 'ਚ। ਅਤੇ ਉਹ ਲੇਅਰਸ ਅਟੈਚ ਹੋ ਜਾਂਦੀਆਂ ਨੇ, ਲੇਕਿਨ ਅਸੀਂ ਜਿਹੜਾ ਕੋਰ ਹੈਗਾ, ਕੋਰ ਤੋਂ ਸੈਪਰੇਟ ਹੋ ਜਾਂਦੇ ਹਾਂ, ਕੋਰ ਤੋਂ ਡਿਟੈਚ ਹੋ ਜਾਂਦੇ ਹਾਂ। ਅਤੇ ਗੁਰੂ ਸਾਹਿਬ ਕਹਿੰਦੇ ਨੇ ਝੂਠ ਸਮੱਗਰੀ ਪੇਖ ਸੱਚ ਕਰ ਜਾਂਦੇ ਹਾਂ, ਅਤੇ ਇਹ ਸਾਰੀ ਜਿਹੜੀ ਸਾਰੀ ਅਚੀਵਮੈਂਟਸ, ਸਾਰੇ ਸਾਡੇ ਥੋਟਸ, ਸਾਰੇ ਐਕਸਪੀਰੀਅੰਸਿਸ ਨੇ ਜਿੰਨੇ ਵੀ, ਉਹ ਅਸੀਂ ਰਿਐਲਿਟੀ ਮੰਨ ਲੈਂਦੇ ਹਾਂ ਕਿ ਦਿਸ ਇਜ਼ ਵਾਟ ਵੀ ਆਰ, ਕਿ ਇਹੀ ਪਰਪਸ ਸੀ ਸਾਡੀ ਲਾਈਫ ਦਾ, ਕਿ ਅਸੀਂ ਵੱਡੇ ਹੋਣਾ, ਫਿਰ ਸਕੂਲ ਜਾਣਾ, ਫਿਰ ਕੰਮ ਕਰਨਾ, ਫਿਰ ਵੀ ਹੈਵ ਟੂ ਗਿਵ ਆਰ ਚਿਲਡਰਨ ਰੀਲੀ ਗੁੱਡ ਐਜੂਕੇਸ਼ਨ। ਅਤੇ ਇਹੀ ਸਾਨੂੰ ਲੱਗਦਾ ਕਿ ਇਹੀ ਸਾਡੀ ਰਿਐਲਿਟੀ ਹੈਗੀ ਹੈ, ਦਿਸ ਇਜ਼ ਵਾਟ ਵੀ ਆਰ। ਬਟ ਇਹੀ ਸਾਡੀ ਸਾਰੀ ਲੇਅਰਸ ਨੇ ਜਿਹਦੇ ਵਿੱਚ ਸਾਰੇ ਵਿਕਾਰਸ ਵੀ ਅਟੈਚ ਹੋ ਜਾਂਦੇ ਨੇ, ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਈਰਖਾ, ਜੈਲਸੀ, ਇਹ ਸਾਰੇ ਇਮੋਸ਼ਨਸ, ਹੈਪੀਨੈਸ, ਸੈਡਨੈਸ, ਐਂਗਜ਼ਾਇਟੀ, ਇਹ ਸਾਰੇ ਇਮੋਸ਼ਨਸ ਜਿਹੜੇ ਅਸੀਂ ਫੀਲ ਕਰਨੇ ਆ, ਇਹ ਆਊਟਰ ਲੇਅਰਸ 'ਚ ਹੀ ਫੀਲ ਕਰਨੇ ਆ। ਮੂਲ ਵਿੱਚ ਜਾ ਕੇ ਅਸੀਂ ਉਹ ਜਿਹੜਾ ਮੂਲ ਵਿੱਚ ਜਾ ਕੇ ਕੋਈ ਦੇਰ ਇਜ਼ ਨੋ ਵੇਵਸ ਐਸ ਸੱਚ। ਗੁਰਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਦੈਟ ਆਰ ਪਰਪਸ, ਸਾਡਾ ਸੋਲ ਪਰਪਸ ਇੱਥੇ ਹੈਗਾ ਕਿ ਅਸੀਂ ਆਪਣਾ ਮੂਲ ਪਛਾਣੀਏ, ਦੈਟ ਵੀ ਆਰ ਨੋਟ ਦਿਸ ਬੋਡੀ, ਵੀ ਆਰ ਨੋਟ ਦਿਸ ਪਰਸਨ ਵੀ ਆਈਡੈਂਟੀਫਾਈ ਆਰ ਸੈਲਵਸ ਟੂ ਬੀ। ਜਿਵੇਂ ਕਿਉਂਕਿ ਅਗਰ ਅਸੀਂ ਇੰਨੀ ਚੀਜ਼ਾਂ ਵਿੱਚ ਫਸੇ ਰਵਾਂਗੇ, ਤਾਂ ਅਗਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਨੇ ਕਾਮ, ਕ੍ਰੋਧ, ਅਹੰਕਾਰ, ਫਿਰ ਹੈ ਦੇਵਾਨਿਆ, ਕਿ ਅਸੀਂ ਪਾਗਲਾ ਵਕਰ ਇੰਨੀ ਚੀਜ਼ਾਂ ਵਿੱਚ ਅਟਕੇ ਰਵਾਂਗੇ ਜਿੰਨੇ ਸਾਡੇ ਵਿਕਾਰ ਨੇ। ਹੁਣ ਜਿਵੇਂ ਇਹ ਪੋਡੀਅਮ ਹੈਗਾ, ਅਗਰ ਇਸ ਪੋਡੀਅਮ ਨੂੰ ਅਸੀਂ ਮੂਲ ਮੰਨੀਏ, ਜਿਹੜਾ ਮੂਲ ਹੈਗਾ, ਮੂਲ ਦੀ ਕੁਆਲਿਟੀਜ਼, ਮੂਲ ਦੇ ਐਟਰੀਬਿਊਟਸ ਕੀ ਨੇ,
ਅਸੀਂ ਮੂਲ ਮੰਤਰ ਵਿੱਚ ਰੋਜ਼ ਪੜ੍ਹਦੇ ਹਾਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਦਿਸ ਇਜ਼ ਦੀਜ਼ ਆਰ ਦੀ ਐਟਰੀਬਿਊਟਸ ਔਫ ਵਾਹਿਗੁਰੂ ਜੀ ਦਿਸ ਇਜ਼ ਆਰ ਮੂਲ ਰੂਪ ਇਸ ਤੋਂ ਹਟ ਕੇ ਜਿੰਨੇ ਵੀ ਇਮੋਸ਼ਨਸ ਨੇ ਉਹ ਸਾਡੇ ਹੋਮੇ ਵਿੱਚ ਆ ਜਾਂਦੇ ਨੇ ਉਹ ਮਾਇਆ ਨੇ ਉਹ ਫੇਕ ਨੇ ਉਹ ਫੋਲਸ ਨੇ ਦੇ ਆਰ ਪੈਰਿਸ਼ੇਬਲ ਨਾਸ਼ਵੰਤ ਨੇ ਦੇ ਨੋਟ ਗੋਇੰਗ ਟੂ ਸਟੇ ਅਤੇ ਜਿਵੇਂ ਇਹ ਪੋਡੀਅਮ ਹੈਗਾ ਅਗਰ ਇਹਨੂੰ ਅਸੀਂ ਮੂਲ ਮੰਨੀਏ ਆਪਣਾ ਟਰੂ ਸੈਲਫ ਮੰਨੀਏ ਅਤੇ ਇਹਦੇ ਉੱਤੇ ਮੈਂ ਇੱਕ ਕੱਪੜਾ ਪਾ ਦਾਂ ਅਤੇ ਮੈਂ ਤੁਹਾਨੂੰ ਕਹਾਂ ਕਿ ਤੁਹਾਨੂੰ ਤੁਸੀਂ ਦੱਸੋ ਕਿ ਇਹ ਕੀ ਚੀਜ਼ ਹੈਗੀ ਹੈ ਅਤੇ ਤੁਸੀਂ ਮੈਨੂੰ ਅਗਰ ਉਸ ਕੱਪੜੇ ਦੀ ਜਿਹੜਾ ਮੈਂ ਕੱਪੜਾ ਪਾਇਆ ਕੱਪੜੇ ਦੀ ਕੁਆਲਿਟੀਜ਼ ਦੱਸਣ ਲੱਗ ਪਾਓ ਕਿ ਠੀਕ ਹੈ ਇਹ ਲਾਲ ਰੰਗ ਦਾ ਹੈਗਾ ਜਾਂ ਇਹ ਸਿਲਕ ਦਾ ਕੱਪੜਾ ਹੈਗਾ ਇਹਦੇ ਉੱਤੇ ਐਮਬਰੋਇਡਰੀ ਹੈਗੀ ਹੈ ਜਾਂ ਪੈਚਵਰਕ ਹੈਗਾ ਤੁਸੀਂ ਇਹ ਮੈਨੂੰ ਸਿਲਕ ਦੀ ਕੁਆਲਿਟੀਜ਼ ਦੱਸ ਰਹੇ ਹੋ ਪਰ ਮੈਂ ਤੁਹਾਨੂੰ ਕਹਾਂ ਨਹੀਂ ਤੁਸੀਂ ਦੇਖ ਨਹੀਂ ਪਾ ਰਹੇ ਇਹ ਹੈ ਚੀਜ਼ ਕੀ ਹੈਗੀ ਉਸ ਕੱਪੜੇ ਦੇ ਅੰਦਰ ਕੀ ਚੀਜ਼ ਹੈਗੀ ਹੈ ਅਤੇ ਜਿਹੜਾ ਕੱਪੜੇ ਦੀ ਕੁਆਲਿਟੀਜ਼ ਅਸੀਂ ਦੱਸੀ ਆ ਕਿ ਇਹਦਾ ਕਲਰ ਕੀ ਹੈਗਾ ਇਹਦਾ ਟੈਕਸਚਰ ਕੀ ਹੈਗਾ ਇਹ ਕਿਸ ਵਸੇ ਕੰਮ ਆਉਂਦਾ ਉਹ ਉਹਦੇ ਐਟਰੀਬਿਊਟਸ ਨੇ ਉਹ ਹੋਮੇ ਦੇ ਲੇਅਰਸ ਨੇ ਜਿਹੜੇ ਬਾਹਰ ਲੋਕ ਸਾਨੂੰ ਦੇਖਦੇ ਨੇ ਉਹ ਕਹਿੰਦੇ ਨੇ ਠੀਕ ਹੈ ਮੈਨੂੰ ਕੋਈ ਦੇਖੇਗਾ ਅਤੇ ਕਹੇਗਾ ਕਿ ਠੀਕ ਹੈ ਜਿਹੜਾ ਜੋ ਵੀ ਪ੍ਰੋਫੈਸ਼ਨ ਹੈਗਾ ਮੇਰਾ ਇਹ ਕੰਮ ਕਰਦੀ ਹੈਗੀ ਹੈ ਅਤੇ ਇਹ ਡਾਕਟਰ ਹੈਗੀ ਹੈ ਜਾਂ ਇਹ ਸਿੰਗਰ ਹੈਗੀ ਹੈ ਅਤੇ ਇਹਨੇ ਇਹ ਅਚੀਵ ਕੀਤਾ ਲਾਈਫ ਵਿੱਚ ਅਤੇ ਇੱਥੇ ਰਹਿੰਦੀ ਹੈ ਇਹਦੇ ਕੋਲ ਇੰਨੀ ਗੱਡੀਆਂ ਨੇ ਜਾਂ ਇੰਨੇ ਕਾਰਸ ਨੇ ਉਹ ਸਾਰੀ ਚੀਜ਼ਾਂ ਸਾਡਾ ਹੋਮੇ ਵਧਾਉਂਦੀਆਂ ਨੇ ਕਿ ਦਿਸ ਇਜ਼ ਵਾਟ ਵੀ ਆਰ ਫਿਰ ਮੈਂ ਤੁਹਾਨੂੰ ਪੁੱਛਾਂ ਕਿ ਨਹੀਂ ਤੁਸੀਂ ਦੇਖ ਨਹੀਂ ਪਾ ਰਹੇ ਕਿ ਇਹਦੇ ਅੰਦਰ ਕੀ ਹੈਗਾ ਅਸਲ ਵਿੱਚ ਤਾਂ ਇੱਕ ਪੋਡੀਅਮ ਹੈਗਾ ਨਾ ਸਾਨੂੰ ਪੋਡੀਅਮ ਨਹੀਂ ਦਿਖ ਰਿਹਾ ਉੱਤੇ ਦਾ ਕੱਪੜਾ ਦਿਖ ਰਿਹਾ ਅਤੇ ਉਹ ਸਾਡੀ ਹੋਮੇ ਦੀ ਲੇਅਰਸ ਨੇ ਜਿਹੜਾ ਅਸੀਂ ਦੂਜਿਆਂ ਵਿੱਚ ਵੀ ਦੇਖਦੇ ਹਾਂ ਅਤੇ ਦੂਜੇ ਸਾਡੇ ਵਿੱਚ ਦੇਖਦੇ ਹਾਂ ਅਸੀਂ ਇੱਕ ਦੂਜੇ ਵਿੱਚ ਉਹ ਜੋਤ ਨਹੀਂ ਦੇਖਦੇ ਜਿਹੜੀ ਜੋਤ ਹਰ ਜਗ੍ਹਾ ਹੈਗੀ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਜੋ ਦਿਸੇ ਸੋ ਤੇਰਾ ਰੂਪ ਜੋ ਵੀ ਸਾਨੂੰ ਦਿਖ ਰਿਹਾ ਮੈਂ ਜਾਂ ਤੁਸੀਂ ਸਾਰੇ ਹੈਗੇ ਹੋ ਜਾਂ ਜਿਹੜੀ ਕੁਦਰਤ ਹੈਗੀ ਹੈ ਪੰਜ ਤੱਤ ਨੇ ਵਾਹਿਗੁਰੂ ਜੀ ਇਜ਼ ਐਵਰੀਵੇਅਰ ਦੇ ਪਰਮੀਏਟਿੰਗ ਐਵਰੀਵੇਅਰ ਪਰ ਸਾਨੂੰ ਉਹ ਨਹੀਂ ਦਿਖਦਾ ਵੀ ਥਿੰਕ ਦ ਇਸ ਰੂਮ ਵਿੱਚ ਜਿਵੇਂ 100 ਕੁ ਬੰਦਾ ਬੈਠਾ ਅਤੇ ਉਹ ਅਲੱਗ ਅਲੱਗ ਬੰਦੇ ਨੇ ਬਟ ਉਹੀ ਹੈਗਾ ਕਿ ਅਸੀਂ ਅਲੱਗ ਅਲੱਗ ਕੱਪੜੇ ਪਾਏ ਹੋਏ ਨੇ ਅੰਦਰ ਜੋਤ ਸਭ ਦੇ ਵਿੱਚ ਇੱਕ ਹੀ ਹੈਗੀ ਹੈ ਅਤੇ ਅਸੀਂ ਅਲੱਗ ਅਲੱਗ ਲੇਅਰਸ ਜਿਵੇਂ ਸਾਡੀ ਅਪਬ੍ਰਿੰਗਿੰਗ ਹੋਈ ਹੈ ਜਿੱਥੇ ਅਸੀਂ ਜਿਸ ਮਾਹੌਲ 'ਚ ਰਹੇ ਹਾਂ ਉਹ ਸਾਰੀ ਲੇਅਰਸ ਅਸੀਂ ਅਟੈਚ ਕਰਦੇ ਜਾਂਦੇ ਹਾਂ ਆਪਣੇ ਉੱਤੇ ਅਤੇ ਅਸੀਂ ਆਪਣੇ ਆਪ ਨੂੰ ਉਹੀ ਸਮਝਣ ਲੱਗ ਪੈਂਦੇ ਹਾਂ ਫਿਰ ਤਦੀ ਮਹਾਰਾਜ ਅੱਗੇ ਵੀ ਕਹਿੰਦੇ ਨੇ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਕਿ ਅਸੀਂ ਉਸੀ ਹੋਮੇ ਵਿੱਚ ਇਹ ਜਿਹੜਾ ਅਸੀਂ ਕੈਰੈਕਟਰ ਪਲੇ ਕਰ ਰਹੇ ਹਾਂ ਨਾ ਇਹ ਸਾਨੂੰ ਇੱਕ ਕੈਰੈਕਟਰ ਦਿੱਤਾ ਗਿਆ ਜਿਵੇਂ ਅਗਰ ਮੈਂ ਆਪਣੇ ਕੈਰੈਕਟਰ ਦਾ ਨਾਂ ਦੱਸਾਂ ਮੇਰੇ ਕੈਰੈਕਟਰ ਦਾ ਨਾਮ ਪ੍ਰਨੀਤ ਕੌਰ ਹੈਗਾ ਉਹ ਇਹ ਕਰਦੀ ਹੈ ਔਰ ਐਵੇਂ ਜੀ ਹੈਗੀ ਹੈ ਇਹ ਕੈਰੈਕਟਰ ਅਸੀਂ ਪਲੇ ਕਰ ਰਹੇ ਹਾਂ ਬੇਸਡ ਔਨ ਆਰ ਪਿਛਲੇ ਕਰਮ ਅਸੀਂ ਜਿਨ੍ਹਾਂ ਨਾਲ ਸੰਬੰਧ ਰੱਖਦੇ ਹਾਂ ਉਹ ਪਿਛਲੇ ਸਾਡੇ ਸੰਜੋਗੀ ਸਨ ਜਿਹੜਾ ਇਸ ਲਾਈਫ ਵਿੱਚ ਆ ਕੇ ਵੀ ਸਾਨੂੰ ਮਿਲੇ ਨੇ ਅਤੇ ਇੱਕ ਇਹ ਕੈਰੈਕਟਰ ਪਲੇ ਕਰ ਰਹੇ ਹਾਂ ਬਸ ਅਸੀਂ ਆਪਣੇ ਟਰੂ ਸੈਲਫ ਨੂੰ ਜਿਹੜਾ ਵਾਹਿਗੁਰੂ ਜੀ ਦਾ ਮੂਲ ਰੂਪ ਹੈ ਉਹਨੂੰ ਜਦ ਸਮਝ ਨਹੀਂ ਪਾਉਂਦੇ ਅਤੇ ਉਸੀ ਕੈਰੈਕਟਰ ਵਿੱਚ ਅਸੀਂ ਸਭ ਕੁਝ ਕਰਨੇ ਹਾਂ ਕਿਸੇ ਨੂੰ ਦਿੰਦੇ ਵੀ ਹਾਂ ਅਤੇ ਆਪਣੀ ਹੋਮੇ ਵਿੱਚ ਦਿੰਦੇ ਹਾਂ ਕਿ ਮੈਂ ਦਿੱਤਾ ਕਿਸੇ ਕੋਲ ਲੈਂਦੇ ਵੀ ਹਾਂ ਅਤੇ ਫਿਰ ਅਸੀਂ ਕਹਿੰਦੇ ਸੀ ਕਿ ਮੈਨੂੰ ਜ਼ਰੂਰਤ ਹੈਗੀ ਸੀ ਇਸ ਚੀਜ਼ ਦੀ ਅਤੇ ਮੈਂ ਲੈ ਲਿੱਤਾ ਅਤੇ ਹੋ ਵਿੱਚ ਸੱਚਿਆਰ ਕੂੜਿਆਰ ਹੋ ਵਿੱਚ ਪਾਪ ਪੁੰਨ ਵਿਚਾਰ ਕਿ ਅਸੀਂ ਸੱਚਾ ਕੰਮ ਕਰੀਏ ਜਾਂ ਝੂਠਾ ਕੰਮ ਕਰੀਏ ਉਹ ਵੀ ਅਸੀਂ ਹੋਮੇ ਵਿੱਚ ਹੀ ਕਰਨੇ ਹਾਂ ਅਤੇ ਦੂਜੇ ਲੋਕ ਜਿਹੜਾ ਸਾਨੂੰ ਜਿਸ ਤਰੀਕੇ ਨਾਲ ਦੇਖਣੇ ਦੇ ਐਜ਼ ਦੀ ਅਦਰ ਪੀਪਲ ਸੀ ਅਸ ਉਹ ਵੀ ਆਪਣੀ ਉਸੀ ਨਜ਼ਰਾਂ ਤੋਂ ਆਪਣੀ ਉਸੀ ਇੰਟਲੈਕਟ ਤੋਂ ਦੇਖਣ ਦੇ ਨੇ ਸਾਨੂੰ ਕਿ ਜਿੰਨੀ ਕੰਡੀਸ਼ਨਿੰਗ ਜਿੰਨੀ ਲੇਅਰਸ ਉਹਨਾਂ ਨੇ ਆਪਣੇ ਉੱਤੇ ਪਾਈ ਹੋਈ ਹੈ ਹੋਮੇ ਦੀ ਉਸੀ ਨਜ਼ਰ ਨਾਲ ਉਹ ਸਾਨੂੰ ਝੂਠਾ ਜਾਂ ਸੱਚਾ ਕਹਿੰਦੇ ਨੇ ਕਿਉਂਕਿ ਜਿਹੜਾ ਮੈਂ ਦਾ ਕੋਨਸੈਪਟ ਹੈਗਾ ਇਹ ਮੈਂ ਦਾ ਖਿਆਲ ਹੈਗਾ ਇਹ ਸਾਨੂੰ ਦੂਰ ਕਰਦਾ ਵਾਹਿਗੁਰੂ ਜੀ ਤੋਂ ਕਿਉਂ ਕਿਉਂਕਿ ਸਾਨੂੰ ਲੱਗਦਾ ਕਿ ਦੋ ਚੀਜ਼ਾਂ ਨੇ ਬਟ ਗੁਰੂ ਗ੍ਰੰਥ ਸਾਹਿਬ ਜੀ ਸ਼ੁਰੂ ਹੀ ਹੁੰਦੇ ਨੇ ਇੱਕ ਓਅੰਕਾਰ 'ਤੇ ਅਗਰ ਅਸੀਂ ਕਹੀਏ ਰੱਬ ਅਲੱਗ ਹੈਗਾ ਅਤੇ ਅਸੀਂ ਅਲੱਗ ਆ ਅਤੇ ਉਹ ਦੋ ਹੋ ਗਿਆ ਨਾ ਪਰ ਦੋ ਤਾਂ ਕੁਛ ਹੈਗਾ ਹੀ ਨਹੀਂ ਇੱਕ ਹੀ ਹੈਗਾ ਤਦੀ ਜਿਹੜਾ ਇਹ ਹੋਮੇ ਹੈਗਾ ਉਹ ਸਾਨੂੰ ਇਟ ਮੇਕਸ ਅਸ ਸੀ ਦ ਵਰਲਡ ਡਿਫਰੈਂਟਲੀ ਇਟ ਮੇਕਸ ਅਸ ਸੀ ਲਾਈਕ ਦੇਰ ਇਜ਼ ਆਈ ਐਮ ਡਿਫਰੈਂਟ ਫਰੋਮ ਵਾਹਿਗੁਰੂ ਜੀ ਐਂਡ ਦੈਨ ਆਈ ਐਮ ਡਿਫਰੈਂਟ ਫਰੋਮ ਯੂ ਐਂਡ ਯੂ ਆਰ ਡਿਫਰੈਂਟ ਫਰੋਮ ਦ ਪਰਸਨ ਸਿਟਿੰਗ ਨੈਕਸਟ ਟੂ ਯੂ ਕਿ ਸਾਰੇ ਅਸੀਂ ਇੰਡੀਵਿਜੁਅਲ ਐਂਟੀਟੀਜ਼ ਨੇ
but we are a part of just one mool, which is Vaheguru Ji. ਅਤੇ ਹੋ ਵਿੱਚ ਸੱਚਿਆਰ ਕੂੜਿਆਰ, ਹੋ ਵਿੱਚ ਪਾਪ ਪੁੰਨ ਵਿਚਾਰ. ਅਤੇ ਹੋਮੇ ਵਿੱਚ ਹੀ ਆਪਣੇ ਪਾਪਾ ਦਾ ਅਤੇ ਪੁੰਨਾਂ ਦਾ ਅਸੀਂ ਵਿਚਾਰ ਕਰਨੇ ਆ ਕਿ ਮੈਂ ਆਪਣੀ ਲਾਈਫ ਵਿੱਚ ਇੰਨੇ ਪੁੰਨ ਕਮਾਏ ਨੇ ਅਤੇ ਇੰਨੇ ਪਾਪ ਕੀਤੇ ਨੇ ਅਤੇ ਇਹ ਮੈਂ ਕੀਤਿਆਂ. ਕਿਉਂਕਿ ਅਸੀਂ ਉਹੀ ਕੋਨਸੈਪਟ ਲੈ ਕੇ ਚੱਲ ਰਿਹਾ, ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਜਿਵੇਂ ਜਿਵੇਂ ਸਾਡੇ ਐਕਸਪੀਰੀਅੰਸਿਸ ਵੱਧਦੇ ਨੇ, ਜਿਹੜੀ ਹੋਮੇ ਦੀ ਵੋਲ ਅਸੀਂ ਕ੍ਰੀਏਟ ਕੀਤੀ ਹੋਈ ਹੈ ਆਪਣੇ ਅੱਗੇ, ਉਹ ਥਿੱਕ ਹੁੰਦੀ ਜਾਂਦੀ ਹੈ. ਉਹ ਫਿਰ ਸਾਨੂੰ ਆਪਣੇ ਟਰੂ ਸੈਲਫ ਤੋਂ ਦੂਰ ਲਿਆਉਂਦੀ ਜਾਂਦੀ ਹੈ, ਕਿਉਂਕਿ ਸਾਨੂੰ ਉਹ ਲੱਗਦਾ ਕਿ ਅਸੀਂ ਉਹੀ ਚੀਜ਼ ਹੈਗੇ ਹਾਂ, ਹੋਮੇ ਹੀ ਹੈਗੇ ਆ, ਮੈਂ ਦਾ ਕੋਨਸੈਪਟ ਹੈਗਾ ਅਤੇ ਰੱਬ ਕੋਈ ਹੋਰ ਹੈਗਾ. ਅਤੇ ਜਿੰਨੇ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਜਿੰਨਾ ਕੁਝ ਅਸੀਂ ਅਚੀਵ ਕਰਦੇ ਹਾਂ, ਉਹ ਵੋਲ ਹੋਰ ਥਿੱਕ ਹੋ ਜਾਂਦੀ ਹੈ ਅਤੇ ਉਹਨੂੰ ਤੋੜਨਾ ਹੋਰ ਮੁਸ਼ਕਿਲ ਹੋ ਜਾਂਦਾ. ਹੋ ਵਿੱਚ ਨਰਗ ਸੁਰਗ ਅਵਤਾਰ, ਹੋ ਵਿੱਚ ਹੱਸੈ ਹੋ ਵਿੱਚ ਰੋਵੈ. ਜਿਹੜਾ ਨਰਕ ਜਾਂ ਸਵਰਗ ਦਾ ਕੋਨਸੈਪਟ ਹੈਗਾ, ਇਹ ਕੋਨਸੈਪਟ ਹੁਣ ਸਾਡੇ ਮਰਨ ਤੋਂ ਬਾਅਦ ਕੀ ਹੋਏਗਾ ਉਹ ਤਾਂ ਸਾਨੂੰ ਪਤਾ ਨਹੀਂ, ਬਟ ਹੁਣ ਇਹ ਜਿਹੜਾ ਕੋਨਸੈਪਟ ਹੈਗਾ ਸਾਡੇ ਮਨ ਵਿੱਚ ਵੀ ਕੋਨਸੈਪਟ ਹੋ ਸਕਦਾ ਨਰਕ ਅਤੇ ਸਵਰਗ ਦਾ. ਇਫ ਵੀ ਆਰ ਕੰਟੈਂਟ ਐਂਡ ਇਫ ਵੀ ਆਰ ਇਨ ਦਾ ਪ੍ਰੈਜੈਂਟ, ਨੋਟ ਥਿੰਕਿੰਗ ਅਬਾਊਟ ਦਾ ਪਾਸਟ ਐਂਡ ਦਾ ਫਿਊਚਰ, ਨਾ ਵੈਨ ਡੂ ਵੀ ਰਿਮੈਂਬਰ ਵਾਹਿਗੁਰੂ ਜੀ? ਅਸੀਂ ਅਕਾਲ ਨੂੰ ਕਦ ਯਾਦ ਕਰਨੇ ਹਾਂ? ਅਸੀਂ ਵਾਹਿਗੁਰੂ ਜੀ ਨੂੰ ਆਪਣੇ ਪਾਸਟ ਵਿੱਚ ਹੀ ਯਾਦ ਨਹੀਂ ਕਰ ਸਕਦੇ, ਨਾ ਫਿਊਚਰ ਵਿੱਚ ਕਰ ਸਕਦੇ ਹਾਂ, ਹੁਣੇ ਹੀ ਕਰ ਸਕਦੇ ਹਾਂ. ਅਤੇ ਅਗਰ ਹੁਣੇ ਅਗਰ ਇੱਥੇ ਹੈਗੇ ਹਾਂ, ਤਾਂ ਵੀ ਵਾਟ ਇਜ਼ ਆ ਬਿਰਤੀ ਲਾਈਕ, ਵਾਟ ਇਜ਼ ਆ ਕੋਨਸ਼ੀਅਸਨੈਸ ਲਾਈਕ? ਅਸੀਂ ਕੀ ਸੋਚ ਰਹੇ ਹਾਂ? ਅਸੀਂ ਆਪਣੇ ਦਿਮਾਗ ਵਿੱਚ ਹੀ, ਆਪਣੇ ਮਨ ਵਿੱਚ ਹੀ, ਜਾਂ ਤਾਂ ਸਵਰਗ ਵਿੱਚ ਵੀ ਹੋ ਸਕਦੇ ਹਾਂ ਜਾਂ ਨਰਕ ਵਿੱਚ ਵੀ ਹੋ ਸਕਦੇ ਹਾਂ. ਜਿਵੇਂ ਅਗਰ ਅਸੀਂ ਹੁਣੇ ਸੰਗਤ ਵਿੱਚ ਬੈਠੇ ਹਾਂ, ਅਤੇ ਸੰਗਤ ਨੂੰ ਭਾਈ ਗੁਰਦਾਸ ਜੀ ਨੇ ਸੱਚਖੰਡ ਕਿਹਾ, ਅਤੇ ਜਿਵੇਂ ਜਿੱਥੇ ਸਾਡੀ ਬਿਰਤੀ ਹੋਏਗੀ, ਅਗਰ ਸਾਡੇ ਮਨ ਵਿੱਚ ਵਿਕਾਰ ਚੱਲ ਰਹੇ ਨੇ ਜਾਂ ਇਫ ਵੀ ਐਂਗਰੀ, ਐਨੀ ਵਿਕਾਰ, ਐਨੀ ਸੋਰਟ ਆਫ ਥੀਵ ਵਾਈਸ ਹੈਜ਼ ਟੇਕਨ ਓਵਰ ਅਸ, ਵੀ ਆਰ ਇਨ ਹੈਲ ਐਂਡ ਦੈਟ ਐਟ ਦੈਟ ਮੂਮੈਂਟ ਇਨ ਟਾਈਮ. ਵੀ ਡੋਂਟ ਨੀਡ ਅ ਫਿਜ਼ੀਕਲ ਹੈਲ ਆਫਟਰ ਦੈਟ, ਸਾਨੂੰ ਪਤਾ ਨਹੀਂ ਕੀ ਹੋਵੇਗਾ. ਬਟ ਅਗਰ ਹੁਣੇ ਵੀ ਟਰਾਈ ਟੂ ਪੁੱਟ ਆਰ ਕੋਨਸ਼ੀਅਸਨੈਸ ਵਾਹਿਗੁਰੂ ਜੀ ਤੇ, ਵੀ ਟਰਾਈ ਟੂ ਡੂ ਮੋਰ ਸਿਮਰਨ, ਵੀ ਆਰ ਮੋਰ ਅਵੇਅਰ ਟੂ ਵਟਸ ਹੈਪਨਿੰਗ ਅਰਾਊਂਡ ਅਸ, ਤਦ ਫਿਰ ਅਸੀਂ ਉਸ ਚੀਜ਼ ਵਿੱਚ ਸਵਰਗ ਵਿੱਚ ਹੁੰਦੇ ਹਾਂ. ਬਟ ਉਹ ਵੀ ਅਸੀਂ ਆਪਣੇ ਹੋਮੇ ਵਿੱਚ ਹੀ ਹੁੰਦੇ ਹਾਂ. ਜਿੰਨੀ ਸਾਨੂੰ ਖੁਸ਼ੀਆਂ ਵੀ ਮਿਲੀਆਂ ਨੇ, ਅਸੀਂ ਹੱਸਦੇ ਵੀ ਹਾਂ, ਅਸੀਂ ਰੋਂਦੇ ਵੀ ਹਾਂ, ਜਿੰਨੇ ਵੀ ਇਹ ਇਮੋਸ਼ਨਸ ਨੇ, ਇਹ ਹੋਮੇ ਵਿੱਚ ਹੀ ਨੇ. ਕਿਉਂਕਿ ਜਿਹੜਾ ਅੰਦਰ ਜਿਵੇਂ ਪਾਣੀ ਹੁੰਦਾ ਨਾ, ਇੱਕ ਰਿਵਰ ਹੈਗਾ, ਇੱਕ ਸਮੁੰਦਰ ਹੈਗਾ, ਉੱਤੇ ਬਹੁਤ ਵੇਵਸ ਹੁੰਦੀਆਂ ਨੇ, ਉਹੀ ਹੈਗਾ ਜਿਹੜਾ ਸਾਡਾ ਆਊਟਰ ਸ਼ੈਲ ਹੁੰਦਾ, ਹੋਮੇ ਦਾ ਲੇਅਰ ਹੁੰਦਾ, ਉੱਥੇ ਟਰਬੁਲੈਂਸ ਬਹੁਤ ਹੁੰਦੀ ਹੈ. ਵੀ ਐਕਸਪੀਰੀਅੰਸ ਆਲ ਆਰ ਇਮੋਸ਼ਨਲ ਟਰਮੋਇਲ ਐਟ ਦਾ ਸਰਫੇਸ, ਬਟ ਜਿੰਨਾ ਅਸੀਂ ਡੀਪ ਜਾਵਾਂਗੇ, ਡੂੰਘੇ ਜਾਵਾਂਗੇ, ਦਿਸ ਕੰਪਲੀਟ ਸਟਿਲਨੈਸ. ਨੋਟ ਟੂ ਸੇ ਕਿ ਜਿਹੜਾ ਬੰਦਾ ਇੰਨਾ ਯਾਦ ਕਰਦਾ ਵਾਹਿਗੁਰੂ ਨੂੰ ਜਾਂ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਤਾਂ ਉਹ ਬਿਲਕੁਲ ਜ਼ੋਂਬੀ ਹੋ ਜਾਂਦਾ ਜਾਂ ਹਾਰਟਲੈਸ ਹੋ ਜਾਂਦਾ ਜਾਂ ਪੱਥਰ ਬਣ ਜਾਂਦਾ. ਦ ਪੁਆਇੰਟ ਇਜ਼ ਕਿ ਦੇ ਹੈਵ ਇਮੈਂਸ ਲਵ ਐਂਡ ਕੰਪੈਸ਼ਨ ਟੂ ਗਿਵ, ਬਟ ਉਹਨਾਂ ਦਾ ਮਨ ਫਿਰ ਸ਼ਾਂਤ ਹੋ ਜਾਂਦਾ, ਦੇ ਆਰ ਇਨ ਕੰਟਰੋਲ ਆਫ ਦੈਮਸੈਲਵਸ, ਅਤੇ ਉਹ ਐਕਸੈਪਟ ਵੀ ਕਰਦੇ ਨੇ ਹਰ ਚੀਜ਼ ਵਿੱਚ. ਅਤੇ ਹੋਮੇ ਬੂਝੇ ਤਾਂ ਦਰ ਸੂਝੇ, ਹੋਮੇ ਇੱਕ ਚੀਜ਼ ਨਹੀਂ ਹੈਗੀ ਜਿਹੜੀ ਅਸੀਂ ਕੱਢ ਦਈਏ, ਬ ਹੋਮੇ ਬੂਝੇ ਮਤਲਬ ਜਦ ਸਾਨੂੰ ਸਮਝ ਆ ਜਾਂਦਾ ਅਤੇ ਅਸੀਂ ਹੋਮੇ ਤੋਂ ਉੱਤੇ ਉੱਠ ਜਾਂਦੇ ਹਾਂ. ਇਹ ਚੀਜ਼ ਨਹੀਂ ਹੈਗੀ ਜਿਵੇਂ ਖਤਮ ਹੋ ਜਾਏਗੀ, ਪਰ ਤੁਹਾਨੂੰ ਸਾਨੂੰ ਸਮਝ ਆ ਜਾਏਗਾ ਕਿ ਸਾਡੀ ਟਰੂ ਆਈਡੈਂਟੀ ਕੀ ਹੈਗੀ ਹੈ, ਦੈਟ ਵੀ ਆਰ ਨੋਟ ਦਿਸ ਬੋਡੀ. ਜਿੰਨੇ ਅਸੀਂ ਲੇਬਲਸ, ਸਾਡਾ ਸੋਸ਼ਲ ਸਟੇਟਸ, ਸਾਡੇ ਬੱਚੇ, ਸਾਡੀ ਐਜੂਕੇਸ਼ਨ, ਸਾਡੀ ਅਪਬ੍ਰਿੰਗਿੰਗ, ਜਿਹੜਾ ਅਸੀਂ ਅਟੈਚ ਕਰਦੇ ਹਾਂ, ਦਿਸ ਇਜ਼ ਨੋਟ ਟਰੂ. ਵਟ ਵੀ ਕੈਨ ਨੋਟ ਸੀ ਇਜ਼ ਟਰੂ, ਸਮਥਿੰਗ ਦੈਟ ਇਜ਼ ਐਵਰੀਵੇਅਰ, ਜਿੱਥੇ ਵੀ ਅਸੀਂ ਦੇਖੀਏ. ਅਤੇ ਇਹ ਹੋਮੇ ਹੀ ਹੈਗੀ ਹੈ ਜਿਹੜੀ ਡੁਐਲਿਟੀ ਲਾਉਂਦੀ ਹੈ. ਜੇ ਸਾਨੂੰ ਕਦੀ ਦੇਖਣਾ ਹੋਏ ਨਾ ਕਿ ਜਦ ਇਹ ਕ੍ਰੀਏਸ਼ਨ ਨਹੀਂ ਸੀ, ਜਦ ਇਹ ਦੁਨੀਆ ਨਹੀਂ ਬਣੀ ਸੀ, ਸੰਸਾਰ ਨਹੀਂ ਬਣਿਆ ਸੀ, ਤਦ ਕੀ ਸੀ? ਅਤੇ ਅਗਰ ਅਸੀਂ ਸੁਖਮਨੀ ਸਾਹਿਬ ਦੀ 21st ਜਿਹੜੀ 21ਵੀਂ ਅਸ਼ਟਪਦੀ ਹੈ ਉਹ ਪੜ੍ਹੀਏ ਅਗਰ, ਤਾਂ ਸਾਨੂੰ ਬਿਲਕੁਲ ਕਲੀਅਰ ਹੋ ਜਾਏਗਾ ਕਿ ਜਦ ਇਹ ਕ੍ਰੀਏਸ਼ਨ ਨਹੀਂ ਬਣੀ ਗਈ ਸੀ ਅਤੇ ਤਦ ਹਾਓ ਵਰ ਥਿੰਗਸ ਲਾਈਕ, ਜਦ ਸਿਰਫ ਇੱਕ ਓਅੰਕਾਰ ਦੀ ਧੁਨੀ ਸੀ, ਦੇ ਵਾਜ਼ ਨੋ ਕ੍ਰੀਏਸ਼ਨ, ਦੇ ਵਰ ਨੋ ਗੈਲੈਕਸੀਜ਼, ਨੋ ਅਰਥ, ਪੀਪਲ, ਪੰਜ ਤੱਤ, ਐਲੀਮੈਂਟਸ, ਟ੍ਰੀਜ਼, ਕੁਛ ਵੀ ਨਹੀਂ ਸੀ, ਤਦ ਕੀ ਚੀਜ਼ ਸੀ? ਜੋ ਚੀਜ਼ ਤਦ ਸੀ ਨਾ, ਦੈਟ ਇਜ਼ ਦਾ ਰਿਐਲਿਟੀ, ਉਹੀ ਸੱਚ ਹੈਗਾ, ਉਹੀ ਅਸੀਂ ਮੂਲ ਮੰਤਰ ਵਿੱਚ ਕਹਿੰਦੇ ਹਾਂ ਆਦ ਸੱਚ, ਜਿਹੜਾ ਕ੍ਰੀਏਸ਼ਨ ਤੋਂ ਪਹਿਲੇ ਵੀ ਸੱਚ ਸੀ, ਉਹੀ ਸੱਚ ਅਸੀਂ ਅੱਜ ਵੀ ਹੈਗੇ ਹਾਂ.
बट क्योंकि यह खेल क्रिएट किया गया है, प्ले क्रिएट किया गया जिहड़ा असी बाद च हुणे डिस्कस करांगे। तो गुरु साहब कहिंदे ने जब आकार एहो कछ ना दृष्टेता, जब कोई आकार नहीं सी, कुछ भी नहीं सी, पाप पुन तब कहते होता, तब तद केड़ा पाप सी ते केड़ा पुन सी। ए होमे करके ही असी गुड या बैड, पाप या पुन, एंगर जेलेसी, अच्छा ते बुरा, सम्मान ते अपमान, ए जिन्ने सारे नोशंस ने ए होमे करके ही ने। असल मूल च ते सिर्फ एक कंपैशन, एक ट्रू कंपैशन, ट्रू दया, संतोख, ओ ही हैगा मूल रूप जेड़ा असी कहने आ टाइमलेस हैगा या फियरलेस हैगा मूल मंत्र दे अकॉर्डिंग। ते तद केड़ा पाप सी ते तद केड़ा पुन सी। जब तारी आपन संत सुन समाध, तब बैर विरोध किस संग कमात। जद वाहिगुरु जी, अकाल पुरख वाहिगुरु जी सुन समाध च सी, एक क्रिएशन तो पहले दी गल हो रही है, तद किसी किद नाल वैर सी ते किद नाल विरोध सी, क्योंकि एक ही सी ना, हले भी एक ही हैगा, बट ए होमे दे करके सानू दो लगता है कि रब कोई होर है ते असी कोई होर हाँ। जद है ही एक, सब विच एक ही जोत हैगी है, तो किदे नाल वैर करना ते किदे नाल विरोध करना, लड़ना फिर किदे नाल। जब इसका बरन चिहन ना जापत, जद कोई बरन या चिहन नहीं सी, कोई शेप नहीं सी, कोई रंग नहीं सी, ए दुनिया नहीं सी, कोई फुल नहीं सन, कोई रंग नहीं सी, कुछ बनया भी नहीं होया सी, तब हरक सोग कहू किस है व्यापत, तद कौन खुश सी ते कौन दुखी सी, तद ते बस एक वाहिगुरु जी सी, अज भी ओ है ने, पर ए एक खेल क्रिएट किया गया है। जब आपन आप पार ब्रह्म, तब मोह कहा किस होवत परम। जद वो आप ही सी, तद केड़ा मोह सी ते केड़ा परम सी, ऐ जेड़ा असी देखने आ कि फर्क हैगा साडे विच ते रब विच, एक डुअलिटी हैगी है, परम ही ते हैगा। जद क्रिएशन तू पहले जद वो ही सीगा रब, ते केड़ी इमोशनल अटैचमेंट सी, केड़ा विकार सी साडे अंदर, कुछ भी नहीं सी, ऐ जेड़ा पाया गया होमे उस करके खेड बनी हैगी है। आपन खेल आप वर्तीजा, वाहिगुरु जी गुरु साहब यही कह रहे हैं कि उन्हें आप ही यह खेड बनाई हैगी है, तदी यह दुनिया नू असी देखने जिवें असी, वी सी द वर्ल्ड एज विद दीज आइज, एज वी परसीव द वर्ल्ड टू बी, वट वी परसीव द वर्ल्ड टू बी, असी उसी करके उसी तरह इस दुनिया नू देखने अपनी मत अनुसार। ते तदी गुरु तेग बहादुर जी श्लोक मैले नौवे विच भी कहिंदे ने, जग रचना सब झूठ है जान लेहो रे मीद, ते ए सब जेड़ा भी असी जो भी सानू दिख रहे हैं ना, ये सब झूठ हैगा। जिन्हें भी असी इत्थे बैठे हाँ, जो भी असी कम कर रहे हैं, एनीथिंग दैट्स पेरिशेबल, जेड़ी चीज़ भी खत्म हो जानी है ना, वो झूठ हैगी है, क्योंकि फिर वो सत नहीं हैगी ना। आद सच, जुगाद सच, हैप्पी सच, नानक होसी भी सच, मतलब वो शुरू तो एक चीज़ परमानेंट चली आई है, दैट इज़ द ट्रूथ। ट्रूथ वही चीज़ सच असी उन्हों ही कहने जेड़ा प्रिवेल करता, जो हमेशा रहता है। जेड़ी चीज़ खत्म हो जाए वो झूठ होती है, फिर वो सच नहीं होती। तो गुरु साहब यही कह रहे हैं, जग रचना सब झूठ है जान ले हो रे मीत, कहो नानक थिर ना रहे जो बालू की पीत, कि यह थिर नहीं रहेगा, दिस इज़ नॉट गोइंग टू स्टे। जेड़ा भी असी मोह पाया होया या जो भी किया होया, दिस इज़ नॉट गोइंग टू स्टे। फिर दोबारा दूजी पौड़ी विच कहिंदे ने, ज्यो सपना अर पेखना ऐसे जग को जान, इनमें कुछ साचो नहीं नानक बिन भगवान, के ए जग नू वी हैव टू सी दिस वर्ल्ड एज अ ड्रीम, इट्स गोइंग टू एंड सून, एंड वी हैव टू फाइंड आर पर्पज बिफोर वी कम टू द एंड ऑफ आर लाइफ। वी हैव टू फाइंड हु वी ट्रूली आर, वी हैव टू सर्च फॉर दैट जोत, सो दैट वी कैन रिड आर सेल्वस जिन्हें भी इमोशनल अटैचमेंट्स ने, एंगर हैगा, लस्ट हैगा, होर डिजायर्स ने, दैट टेक अस फॉर अ राइड। पूरा दिन असी टेंशन च ही बिता दें कि यह किवें होएगा या वह किवें होएगा, कभी खुश हो रहा, कभी दुखी हो रहा, फिर खुश हो रहा। इस चीज़ तो अगर बाहर निकलना तो सानू साडा पर्पस, साडा मूल रूप, साडे कोर तक पहुँचना पड़ेगा। तो एक क्वेश्चन जो बहुत बार अराइज होता है कि अगर यह प्रॉब्लम होमे ही हैगा तो यह पाया ही क्यों गया साडे विच, अगर यह ना होंदा तो फिर कोई कोई खेड ही ना होंदा। तदी तो गुरु साहब कह रहे हैं कि पहले कुछ भी नहीं सी,
पहले सिर्फ एक वाहिगुरू सी, लेकिन क्योंकि हम में साढ़े अंदर पाई गई हैगी है, जिन रच रचया पुरख बिदाते नाले हम में पाई, जिन्हें इस क्रिएशन का रचन किया उन्हें नाल हम में भी पाई हैगी है। वाई? बिकॉज इट्स नीडिड। तो यह खेड तद ही है क्योंकि हम में हैगी है। अगर हम में ना होंगी सानू सारियां नू पता होंदा कि असी एक ही हाँ, तो किसी नाल कोई झगड़ा, कोई नाराजगी, कोई वैर विरोध, कुछ अटैचमेंट कुछ होंगी ना, सिर्फ प्यार होंदा साडे विच, जिहड़ी एक एट्रीब्यूट हैगा वाहिगुरु जी का। तो क्योंकि यह होमे पाई गई है तद ही यह खेल हैगा। नाउ दिस होमे इज़ वेरी इंपोर्टेंट, क्यों? क्योंकि असी फिर नहीं तो कुछ कम ही नहीं करेंगे। यह होमे पाई गई है तद ही असी वी कैन गो अबाउट लिविंग आर लाइफ। सवेरे उठने हाँ, कम तो जाने हाँ, अपनी पूरी लाइफ जीने होमे करके, क्यों तद ही यह जरूरी भी हैगी है। लेकिन एक होमे है की चीज़, यह एक लॉग है, जिवें वाहिगुरु जी का लॉ होंदा या वाहिगुरु जी की कुदरत होंदी है, उस उन्हूं असी हुक्म कहने हाँ, उन्हूं असी बदल नहीं सकते। जिवें अगर सूरज सवेरे चढ़ेगा तो शामी सनसैट होंदा तो वह होंदा ही, असी बदल नहीं सकते कि सानू पसंद नहीं हैगा तो असी बदल दईए। या जिनी भी पंज तत् ने, पानी का स्वभाव की हैगा वह नीचे नूं गिरदा है, या जेडे कंटेनर च पाओ वह उवें जी शेप लै लैंदा है। तो यह वाहिगुरु जी के कुछ लॉज ने जेड़े असी चेंज नहीं कर सकते। तो हर एक चीज़ जी साढ़े नाल होंदी एक लॉ ही हैगा, बट यह होमे करके सानू लगता कि लाइफ साढ़े कंट्रोल हैगी है, पर साढ़े कंट्रोल हैगी नहीं। एक एग्जाम्पल दवा, तो अगर मैं अपना हथ कट्टा तो मैं अगर सोचा कि मैं चाहनी अंदरों दुध निकल जाए तो दुध निकलेगा? दुध नहीं निकलेगा, खून ही निकलेगा। क्यों? क्योंकि वाहिगुरु जी का लॉ हैगा। या अगर असी कहीए कि नाउ द मैन शुड स्टार्ट डिलीवरिंग बेबीज़, वो हो नहीं सकता, ये औरत नू ही मिले, यह कुदरत हैगी है, यह स्वभाव हैगा कुदरत, वाहिगुरु जी की कुदरत का। तो इन यह लॉज ने, जिवें अगर मैं 5-6 घंटे खाना ना खाव, आई स्टार्ट टू फील हंगरी, तो एवं तो हो नहीं सकता कि मैं चाहवा कि ठीक है आई डोंट वांट टू फील हंगरी, मैनू भुख नहीं लगनी चाहिए, कितने नहीं लगेगी, वो मेरे कंट्रोल नहीं है। यह वाहिगुरु जी का लॉ है, यह बदल नहीं सकती, इनू ही हुक्म कहते हैं जेड़ा असी बदल नहीं सकते। तो यह वड्डे हुक्म तो तुहानू सानू समझ आता कि असी बदल नहीं सकते, लेकिन जेडे लाइफ के साडे छोटे छोटे हुक्म ने जे हर सैकेंड हो रहे हैं, वो सानू लगता कि असी बदल सकते हैं कि मैं मेहनत करा तो पैसा आ जाएगा, जेड़ा आंदा भी है क्योंकि वो साडे फिर डिजायर्स भी होंदे ने। लेकिन सानू छोटी छोटी चीज़ वैसे लगता है कि इट्स इन माई हैंड, एवरी थिंग इज़ इन माई कंट्रोल, वेयर एज नथिंग इज़। जिवें वड्डे हुक्म असी देख सकते हैं कुदरत दे, जेड़ा अपने आप होंदा है, कभी सुनामी भी आंदा है, असी कहने हुक्म में है, वो कंट्रोल च नहीं हैगा। तो जेड़े छोटे छोटे हुक्म ने डेली लाइफ दे, वो भी साडे कंट्रोल च नहीं हैगे, असी अपने बस कर्म कर सकते हैं। उहदा जेड़ा हुक्म होएगा, जेड़ा भी आउटकम होएगा, वो असी सोच नहीं सकते कि मैनू यही चीज़ चाहिए है, वो साडे हथ च नहीं हैगा। तो होमे की की कुदरत हैगी है? होमे एहा जात है, होमे कर्म कमाहे। तो होमे की यह कुदरत हैगी है कि वो अपने नाल सानू हमेशा रखती हैगी है। तदी तो होमे तू इट्स वेरी हार्ड टू गेट रिड ऑफ होमे, बिकॉज दिस इज़ द कुदरती स्वभाव ऑफ होमे। होमे का कुदरती स्वभाव यही हैगा कि वह चिमड़ी रहती है साडे नाल। होमे करम कमाहे, तदी असी करम भी उ करने बार बार कि असी होमे साड़ी और थिक होती जाती, और वधदी जाती है, यही कुदरत हैगी है। जिवें अगर एक बंदा पहली बार जाए शराब पीन तो उन्हें अच्छी लगे तो वह दोबारा जाएगा, तो वह दोबारा जाएगा, फिर वो आदत बन जाएगी, उस बंदे का स्वभाव बन जाएगा। वो शराब का स्वभाव हैगा कि वह अडिक्टिव होंदी है। तो यह होमे का स्वभाव हैगा कि यह भी साढ़े नाल चिमड़ी रहती है। इट्स हैज़ बिन क्लिंगिंग ऑन टू अस नॉट सिंस द बिगिनिंग ऑफ दिस लाइफ, बट सिंस मैनी मैनी जन्म्स। दैट इज़ वाई इट्स वेरी हार्ड टू गेट रिड ऑफ होमे। होमे यही बंधना फिर जोनी पाहे, कि यह होमे ही है जिदे नाल असी इमोशनल अटैचमेंट या साडे एक दूजे नाल जिहड़ी अटैचमेंट हैगी है, जिन्ने भी इमोशनस ने, असी यही इमोशनस करके असी एक दूजे नाल अपने कर्म बनाने हैं। तो जब यह कर्म साडे फुलफिल नहीं होंदे एक दूजे नाल, तो साडी लाइफ जब फिर ख़त्म हो जाती है, तो असी दोबारा दोबारा जन्म लैने हैं। क्यों? क्योंकि दे आर स्टिल सम करम्स टू प्ले ऑफ विद द पीपल दैट वी आर विथ। तदी ए
ਜਿਹੜਾ ਜੂਨਾ ਦਾ ਖੇਡ ਹੈ ਅੱਜ ਚੱਲਿਆ ਜਾਂਦਾ। ਕਿਉਂ? ਕਿਉਂਕਿ ਹੋਮੇ ਸਾਨੂੰ ਆਪਣੇ ਨਾਲ ਹੀ ਰੱਖਦੀ ਹੈ ਅਤੇ ਉਸੀ ਚੀਜ਼ 'ਚ ਰੱਖਦੀ ਹੈ ਜਿਹਦੇ 'ਚ ਉਹ ਰੱਖਣਾ ਚਾਹੁੰਦੀ ਹੈ, ਕਿਉਂਕਿ ਉਹ ਉਹਦੀ ਕੁਦਰਤ ਹੈਗੀ ਹੈ ਅਤੇ ਅਸੀਂ ਤਦੀ ਨਿਕਲ ਨਹੀਂ ਪਾਉਂਦੇ ਇਸ ਚੀਜ਼ ਤੋਂ। ਅਤੇ ਗੁਰੂ ਸਾਹਿਬ ਤਦੀ ਕਹਿੰਦੇ ਨੇ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਜਬ ਲਗ ਮੇਰੀ ਮੇਰੀ ਕਰੇ, ਜਬ ਮੈਂ ਆਪਣੇ ਬਾਰੇ ਵਿੱਚ ਹੀ ਸੋਚੀ ਜਾਵਾਂ ਕਿ ਮੈਂ ਕੀਤਾ, ਮੈਂ ਬਣਾਇਆ, ਮੈਂ ਇਹ ਹਾਂ, ਮੈਂ ਐਵੇਂ ਹਾਂ, ਮੈਂ ਉਵੇਂ ਹਾਂ, ਤਬ ਲਗ ਕਾਜ ਏਕ ਨਹੀਂ ਸਰੈ। ਤਬ ਲਗ ਕਾਜ ਏਕ ਹੀ ਨਹੀਂ ਸਰੈ, ਮਤਲਬ ਕਿ ਜਿਹੜਾ ਸਾਡਾ ਪਰਪਸ ਹੈਗਾ ਉਹ ਫੁੱਲਫਿਲ ਨਹੀਂ ਹੋਏਗਾ, ਚਾਹੇ ਸਾਨੂੰ ਆਪਣੀ ਲਾਈਫ ਵਿੱਚ ਸਭ ਕੁਛ ਮਿਲ ਜਾਏ, ਵੈਲਥ, ਪੋਜੈਸ਼ਨਸ ਜਾਂ ਜਿਹੜੇ ਵੀ ਸਾਰੇ ਡਿਜ਼ਾਇਰਸ ਨੇ ਉਹ ਪੂਰੇ ਹੋ ਜਾਣ, ਲੇਕਿਨ ਜਿਹੜਾ ਮੇਨ ਕਾਜ ਹੈਗਾ, ਜਿਹੜਾ ਅਸੀਂ ਇਹ ਕਾਜ ਇੱਥੇ ਕਰਨ ਆਇਆ, ਉਹ ਨਹੀਂ ਹੋ ਪਾਵੇਗਾ। ਜਬ ਮੇਰੀ ਮੇਰੀ ਮਿੱਟ ਜਾਏ ਤਬ ਪ੍ਰਭ ਕਾਜ ਸਵਾਰ ਹੈ ਆਏ। ਜਦ ਮੇਰੀ ਮੇਰੀ ਮਿੱਟ ਜਾਂਦੀ ਹੈ ਤਦ ਹੀ ਵਾਹਿਗੁਰੂ ਜੀ ਖੁਦ ਆਉਂਦੇ ਨੇ ਕਾਜ ਸਵਾਰਨ, ਕਿਉਂਕਿ ਮੇਰੀ ਮਿੱਟ ਗਈ, ਹੁਣ ਅਸੀਂ ਉਹਨਾਂ ਦੇ ਕੋਲ ਜਾ ਸਕਦੇ ਹਾਂ। ਤਦ ਹੀ ਵਾਹਿਗੁਰੂ ਜੀ ਜਾਂ ਗੁਰੂ ਦੀ ਕਿਰਪਾ ਨਾਲ ਹੀ ਇਹ ਚੀਜ਼ ਹੁੰਦੀ ਹੈ ਕਿ ਸਾਡੀ ਇਹ ਹੌਲੀ ਹੌਲੀ ਲੇਅਰਸ ਅਸੀਂ ਲਾਈਏ, ਅਸੀਂ ਲਾ ਨਹੀਂ ਸਕਦੇ। ਜਿਹੜਾ ਬੰਦਾ ਆਪਣੇ ਮੂਲ ਨੂੰ ਪਛਾਣ ਲੈਂਦਾ, ਉਹਦਾ ਇਹ ਮਤਲਬ ਨਹੀਂ ਕਿ ਉਹਦਾ ਹੁਣ ਨਾਂ ਨਹੀਂ ਹੈਗਾ ਕੋਈ, ਜਾਂ ਉਹਦੀ ਫੈਮਲੀ ਨਹੀਂ ਹੈਗੀ, ਉਹ ਫੈਮਲੀ ਨੂੰ ਛੱਡ ਦਿੰਦਾ, ਜਾਂ ਉਹਦਾ ਕੋਈ ਸੋਸ਼ਲ ਸਟੇਟਸ ਨਹੀਂ ਹੈਗਾ, ਜਾਂ ਓਕੂਪੇਸ਼ਨ ਨਹੀਂ ਹੈਗਾ। ਉਹਦਾ ਮਤਲਬ ਇਹ ਹੁੰਦਾ ਕਿ ਉਹ ਸਭ ਹੋਣ ਦੇ ਬਾਵਜੂਦ ਵੀ ਹੀ ਨੋਜ਼ ਹਿਸ ਟਰੂ ਸੈਲਫ, ਤਦ ਉਹ ਕਿਸੇ ਚੀਜ਼ ਨਾਲ ਅਟੈਚ ਨਹੀਂ ਹੁੰਦਾ, ਬਟ ਹੀ ਇਜ਼ ਫੁੱਲ ਆਫ ਲਵ ਐਂਡ ਕੰਪੈਸ਼ਨ ਫੋਰ ਐਵਰੀ ਵਨ। ਜਦ ਤੱਕ ਅਸੀਂ ਹੋਮੇ ਵਿੱਚ ਆ, ਅਸੀਂ ਸਿਰਫ ਆਪਣੇ ਬਾਰੇ, ਆਪਣੀ ਫੈਮਲੀ ਦੇ ਬਾਰੇ ਹੀ ਸੋਚ ਸਕਦੇ ਹਾਂ। ਤਦ ਹੀ ਅਸੀਂ ਗੁਰੂ ਘਰ ਆਉਂਦੇ ਹਾਂ ਟੂ ਗੈਟ ਰਿਡ ਆਫ ਦਿਸ, ਤਾਂ ਕਿ ਅਸੀਂ ਬਾਕੀਆਂ ਬਾਰੇ ਵੀ ਸੋਚ ਸਕੀਏ, ਸਭ ਬਾਰੇ। ਵੀ ਸੀ ਐਵਰੀ ਵਨ ਐਸ ਸੇਮ, ਨੋਟ ਜਸਟ ਆਰ ਓਨ ਫੈਮਲੀ ਬਟ ਐਵਰੀ ਵਨ ਪ੍ਰੈਜੈਂਟ ਇਨ ਦ ਰੂਮ। ਇਟਸ ਈਜ਼ੀ ਟੂ ਸੇ ਵੀ ਆਰ ਆਲ ਵਨ, ਬਟ ਇਟਸ ਵੈਰੀ ਡਿਫੀਕਲਟ। ਤਦ ਹੀ ਹੋਮੇ ਨੂੰ ਦੀਰਘ ਰੋਗ ਵੀ ਕਿਹਾ ਗਿਆ ਹੈ। ਹੋਮੇ ਕਿੱਥੋਂ ਉਪਜੇ ਕਿਤ ਸੰਜਮ ਇਹ ਜਾਏ, ਹੋਮੇ ਇਹੋ ਹੁਕਮ ਹੈ ਪਾਈਏ ਕਿਰਤ ਫਿਰਾਏ, ਹੋਮੇ ਦੀਰਘ ਰੋਗ ਹੈ ਦਾਰੂ ਪੀ ਇਸਮਾਏ। ਹੁਣ ਇਹ ਪੰਕਤੀ ਵਿੱਚ ਕਨਫਿਊਜ਼ਨ ਵੀ ਬੜੀ ਹੁੰਦੀ ਹੈ, ਹੋਮੇ ਦੀਰਘ ਰੋਗ ਹੈ ਕਿ ਸਾਨੂੰ ਬੜੇ ਜਨਮਾਂ ਤੋਂ ਲੱਗਿਆ ਹੋਇਆ, ਇਸ ਜਨਮ ਤੋਂ ਨਹੀਂ, ਬਹੁਤ ਜਨਮਾਂ ਤੋਂ ਅਸੀਂ ਸੋਚ ਰਿਹਾ ਕਿ ਮੈਂ ਇੱਕ ਸੈਪਰੇਟ ਆਈਡੈਂਟੀਟੀ ਹਾਂ, ਇਹ ਮੇਰੇ ਅਚੀਵਮੈਂਟਸ ਨੇ। ਤਦ ਹੀ ਉਹ ਇੰਨਾ ਮੋਟਾ ਹੋ ਗਿਆ, ਜਿਹੜੀ ਸਾਡੀ ਆਦਤ ਸਭ ਤੋਂ ਪਹਿਲੇ ਤੋਂ ਸਾਨੂੰ ਲੱਗੀ ਹੋਏ, ਬਹੁਤ ਪਹਿਲੇ ਤੋਂ ਉਹ ਛੱਡਣੀ ਵੀ ਮੁਸ਼ਕਿਲ ਹੁੰਦੀ ਹੈ। ਤਦ ਹੀ ਇਹਨੂੰ ਦੀਰਘ ਰੋਗ ਕਿਹਾ ਗਿਆ। ਦਾਰੂ ਪੀ ਸਮਾਏ ਦਾ ਮਤਲਬ ਇਹ ਨਹੀਂ ਹੈਗਾ ਕਿ ਦਾਰੂ ਇਹਦੇ ਅੰਦਰ ਹੀ ਹੈਗੀ ਹੈ, ਕਿ ਹੋਮੇ ਹੀ ਦਾਰੂ ਹੈਗੀ ਜਾਂ ਹੋਮੇ ਹੀ ਮੈਡੀਸਨ ਹੈਗੀ ਹੈ, ਇਹਦਾ ਮਤਲਬ ਇਹ ਹੈਗਾ ਕਿ ਇਟਸ ਕਿਊਰੇਬਲ। ਇਹ ਨਹੀਂ ਹੈਗਾ ਕਿ ਇੰਨੇ ਜਨਮਾਂ ਤੋਂ, ਜਸਟ ਬਿਕੋਜ਼ ਇਟ ਹੈਜ਼ ਬਿਨ ਕਲਿੰਗਿੰਗ ਔਨ ਟੂ ਅਸ ਇਨ ਸੋ ਮੈਨੀ ਜਨਮਸ, ਅਤੇ ਇਟ ਡਿਜ਼ ਨੋਟ ਹੈਵ ਅ ਕਿਊਰ, ਕਿ ਅਸੀਂ ਵੀ ਕੈ ਨੋਟ ਰਿਡ ਆਰਸੈਲਵਸ ਆਫ ਦਿਸ ਡਿਜ਼ੀਜ਼। ਦਿਸ ਡਜ਼ ਹੈਵ ਅ ਕਿਊਰ, ਦਾਰੂ ਪੀ ਇਸ ਮਾਏ। ਅਤੇ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਸਾਨੂੰ ਦੱਸਦੇ ਨੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਕਿ ਇਸ ਜਿਹੜੀ ਡਿਜ਼ੀਜ਼ ਦਾ ਇੱਕ ਹੀ ਸੋਲਿਊਸ਼ਨ ਹੈਗਾ, ਇੱਕ ਹੀ ਕਿਊਰ ਹੈਗਾ, ਵਾਹਿਗੁਰੂ ਜੀ ਦੀ ਕਿਰਪਾ ਜਾਂ ਨਦਰ। ਜਦ ਤੱਕ ਉਹ ਨਹੀਂ ਹੋਏਗੀ, ਸਾਡੇ ਵਿੱਚ ਕੋਈ ਅਬਿਲਿਟੀ ਨਹੀਂ ਹੈਗੀ, ਕਿਉਂਕਿ ਅਗਰ ਅਸੀਂ ਸੋਚੀਏ ਕਿ ਠੀਕ ਹੈ ਆਈ ਐਮ ਗੋਇੰ ਟੂ ਰਿਡ ਮਾਈ ਸੈਲਫ ਆਫ ਮਾਈ ਈਗੋ, ਇਹ ਡਿਜ਼ੀਜ਼ ਹੈਗਾ ਅਤੇ ਮੈਨੂੰ ਇਹ ਹਟਾਉਣਾ, ਤਦ ਵੀ ਉਹ ਮੇਰਾ ਈਗੋ ਹੀ ਹੈਗਾ ਜਿਹੜਾ ਬੋਲ ਰਿਹਾ ਕਿ ਮੈਂ ਆਈ ਵੋਂਟ ਗੈਟ ਰਿਡ ਆਫ ਦਿਸ, ਮੈਨੂੰ ਇਹ ਨਹੀਂ ਚਾਹੀਦਾ। ਅਤੇ ਇਹਦਾ ਜਿਹੜਾ ਸੋਲਿਊਸ਼ਨ ਹੈਗਾ ਉਹ ਸਾਡੇ ਹੱਥ 'ਚ ਨਹੀਂ ਹੈਗਾ। ਅਗਰ ਕੋਈ ਚੀਜ਼ ਸਾਨੂੰ ਨਵੀਂ ਸਿੱਖਣੀ ਵੀ ਹੁੰਦੀ ਹੈ, ਅਸੀਂ ਆਪ ਬੈਠ ਕੇ ਨਹੀਂ ਸਿੱਖ ਸਕਦੇ, ਦੇਰ ਇਜ਼ ਅ ਰੀਜ਼ਨ ਵਾਈ ਵੀ ਆਰ ਬਿੰਗ ਸੈਂਟ ਟੂ ਸਕੂਲ, ਅਸੀਂ ਸਕੂਲ ਜਾਂਦੇ ਹਾਂ, ਨਹੀਂ ਤਾਂ ਅਸੀਂ ਆਪ ਬੈਠ ਕੇ ਵੀ ਪੜ੍ਹਾਈ ਕਰ ਸਕਦੇ ਹਾਂ ਨਾ। ਦੈਟ ਇਜ਼ ਵਾਈ ਵੀ ਨੀਡ ਅ ਗੁਰੂ, ਬਿਕੋਜ਼ ਵਿਦਆਊਟ ਦ ਗੁਰੂਜ਼ ਗ੍ਰੇਸ ਦਿਸ ਕੈਨ ਨੋਟ ਹੈਪਨ। ਅਦਰਵਾਈਜ਼ ਜਿੰਨੇ ਸਾਡੇ ਵਰਜ਼ਨਸ ਬਣੇ ਹੋਏ ਨੇ ਉਹੀ ਬਣੇ ਰਹਿਣਗੇ। ਜਿਵੇਂ ਮੈਂ ਕਵਾਂ ਆਈ ਹੈਵ ਅ ਡਿਫਰੈਂਟ ਵਰਜ਼ਨ ਆਫ ਮਾਈ ਸੈਲਫ ਇਨ ਮਾਈ ਹੈਡ, ਲਾਈਕ ਆਈ ਗੇਵ ਯੂ ਮਾਈ ਓਨ ਐਗਜ਼ਾਮਪਲ, ਅਤੇ ਇਫ ਆਈ ਸੇ ਦੈਟ ਪ੍ਰਨੀਤ ਕੌਰ ਇਜ਼ ਲਾਈਕ ਦਿਸ, ਦਿਸ ਇਜ਼ ਹੂ ਆਈ ਐਮ, ਅਤੇ ਮੈਂ ਐਂ ਕਰਦੀ ਹਾਂ, ਮੈਂ ਇੱਥੇ ਜਾਂਦੀ ਹਾਂ, ਮੈਂ ਆਪਣੇ ਆਪ ਨੂੰ ਬਹੁਤ ਅੱਛਾ ਸਮਝਦੀ ਹਾਂ, ਇਹ ਮੇਰਾ ਵਰਜ਼ਨ ਹੈਗਾ ਮੇਰਾ। ਬਟ ਹੋਈ ਮੇਰੇ ਪੇਰੈਂਟਸ ਦਾ ਕੁਛ ਹੋਰ ਵਰਜ਼ਨ ਹੈਗਾ ਮੇਰਾ, ਮੇਰੇ ਪਾਪਾ ਦਾ ਵਰਜ਼ਨ ਅਤੇ ਮੇਰੀ ਮੰਮੀ ਦਾ ਵਰਜ਼ਨ, ਅਤੇ ਉਹ ਕੀ ਸੋਚਦੇ ਨੇ ਮੇਰੇ ਬਾਰੇ, ਉਹ ਡਿਫਰੈਂਟ ਹੈਗਾ। ਅਤੇ ਅਸੀਂ ਪੂਰੀ ਲਾਈਫ ਵਿੱਚ ਜਿੰਨੇ ਲੋਕਾਂ ਨੂੰ ਮਿਲਦੇ ਹਾਂ
उन सब दा साडे बारे एक अलग वर्जन होंदा, इट कैन नॉट बी सेम। किसी नूं मैं बहुत अच्छी लगनी है, किसी नूं मैं अच्छी नहीं लगती, किसी नूं लगता मेरे विच अहंकार है, किसी नूं लगता कि मेरे विच निम्रता है। ए एग्जाम्पल्स ने ते किन्ने सारे वर्जनस, थाउजेंड्स ऑफ वर्जनस हैगे ने साडे, ते उहदे विच ट्रू वर्जन किहड़ा हैगा है? ट्रू वर्जन कोई भी नहीं हैगा। तदी ते कहने आ देर इज़ नो प्रनीत कौर या देर इज़ नो मी, क्योंकि इट कीप्स ऑन चेंजिंग, देर इज़ नो आई, इट्स जस्ट एन इल्यूजन। तदी असी होमे नूं एक इल्यूजन कहने आ, जिन्ना भी असी कुछ किता अचीवमेंट्स या जो भी, ए सब इल्यूजन हैगा। एक ज्योति हैगी है विच इज़ द ट्रूथ, जिहड़ी सानू पछाणनी है, विच इज़ द पर्पस ऑफ लाइफ। ते गुरु नानक देव जी ने यही सानू एक पाथ दिता है दैट लीड्स टू द ट्रूथ। सारी कंडीशनिंग हटा दिए, अगर असी अपना रिलीजन भी हटा दिए, अपनी बोली हटा दिए, दे इज़ अ पाथ ऑफ ट्रूथ। नानक निर्मल पंथ चलाया, गुरु नानक देव जी गेव अस अ पाथ दैट लीड्स टू द ट्रूथ, नथिंग एल्स बट ट्रूथ, ट्रूथ दैट लीड्स टू आर कोर, कि सानू पता लगे कि असी एक्चुअली विच हैं की, कि जब वैन वी कम टू नो कि जेड़ा मूल जेड़ा कोर मेरे अंदर हैगा, जेड़ी जोत मेरे अंदर हैगी, वो सारे दे अंदर होएगी, फिर इमोशनल टर्मोइल हैगा या जिन्हें भी साडे प्रॉब्लम्स हैगे ने, वो सब वैसे ही खत्म हो जाएंगे, कितने सानू असी सारे नू एक नज़र नाल देख सकने हैं। जिवें फिर मैं अपनी फैमिली नू हेल्प करूँगी, उवे मैं किसी होर नू भी हेल्प कर सकनी हूँ, बिना सोचे कि यह मेरा तो वह मेरा नहीं हैगा। ए डुअलिटी हैगी, वैन वी थिंक कि आई एम डिफरेंट, दैट परसन इज़ डिफरेंट, दैट्स वाई एम रिपीटिंग दिस पॉइंट। ते गुरप्रसाद नाल ही होंदा अजिहे प्राणी होमै तजी करता राम पछाण, कि यह गुरु साहिब का ही कॉन्सैप्ट हैगा, तो वो ही कर सकते ने, तो हुण होएगा किवें? इहदा एक ही सल्यूशन हैगा कि असी गुरु साहिब की बाणी पढ़ीए, पढ़ के भी कभी कभी समझ नहीं आती, जिवें होर चीज़ा भी कुछ सीखनी होंदियां ने, वी गो टू एन इंस्ट्रक्टर, क्योंकि वो डायरेक्टली सानू कभी कभी मैनुअल नहीं समझ आता किसी चीज़ का, इफ वी परचेस्ड अ मशीन से फॉर एग्जाम्पल। सो दैट इज़ वाई वी नीड द गुरु। तो गुरु ग्रंथ जी साहब जी सानू की कह रहे ने, नहीं समझ आए तो तदी असी जाने, तदी असी संगत जाने, तो गुरु दी सिखा दी संगत, संगत का गुण बहुत अधिकाई, एंड दिस इज़ वन पंक्ति आई स्वेयर बाय, बिकॉज इट लिटरली चेंज्ड माई लाइफ, बिकॉज जिवें जी साड़ी संगत होंदी है उसी तरह असी बन जाने हैं। तो यह पहले संगत बाद, पहले अगर असी गुरु साहब जी की गल करिए, तो गुरु नानक देव जी ने परख्या सी भाई लहणा जी नूं, जेड़े बाद गुरु अंगद देव जी, भाई लहणा जी पहले उन्हों का नाँ सी, बाद गुरु अंगद देव जी उन्होंने नाँ दिता गया सी गुरु नानक देव जी ने। तो फिर गुरु अंगद देव जी ने गुरु अमरदास जी ने गुरु अंगद देव जी की सेवा की सी, फिर गुरु अमरदास जी ने गुरु रामदास जी नूं परख्या सी, ते गुरु अर्जन देव जी ने जिवें भाई मंज जी नूं परख्या सी। ते ए जेड़े टेस्ट ने जेड़े साडा गुरु साडे ते करदा है सानूं परखन वसे, वो अगर अज असी समझ ना पाईए, ते जेड़ी गुरसिखा दी संगत होंदी है दैट इज़ वेरी इंपॉर्टेंट, बिकॉज फिर वो भी सानूं परखदे ने। जिवें गुरु नानक देव जी ने पहले भाई लहणा जी दे नाल अपने दो पुत्र श्री चंद ते लक्ष्मी दास नूं भी परख्या सी, उन्होंने बहुत सारे टेस्ट दिते गए सी, जेड़े दैम प्रैक्टिकली अगर असी वर्ल्डली सेंस से देखिए तो दे मेक नो सेंस, एवें एवें कम करन नूं बोले सी, दे मेक नो सेंस। ते भाई लक्ष्मी दास जी ते जेड़े श्री चंद जी मना कर देंदे सी कि तुसी आ मैनू की कह रहे हो करन वसे, पर भाई लहणा जी हमेशा करदे सी उन्होंने, क्यों? क्योंकि गुरु साड़ी एक एक लेयर आप उतारन की कोशिश करता है, पर अगर असी उतारन देइए तो भाई लहणा जी ने दे लेट गुरु नानक देव जी अटैक हिज ईगो। अगर गुरु जब तक साडे ईगो नू अटैक नहीं करेगा, साड़ी वो लेयर्स नहीं उतरन गिया। तो जिवें गुरु नानक देव जी दे जेड़े पुत्र सी वो कुछ गल नहीं मनते सी, फिर उन्होंने लगता सी कि पता नहीं की कह रहे ने गुरु नानक देव जी, तो लेकिन जेड़े भाई लहणा जी सी वो बचन मनते सी, तो फिर जो भी कॉन्सिक्वेंस होंदा सी वो मनते सी। तो यही गुरसिखा का भी रोल होंदा, जिवें पहले अमृत छकाया जाता सी, तो पंज प्यारे जेड़े भी लोग अमृत छकन आते सी उन्होंने परखते सी कि किन्ने काम की लोड़ हैगी है,
तद ही यह इंपॉर्टेंस हैगी है गुरु के सिखा दी उना दी संगत दी बिकॉज दे टेल अस एग्जैक्टली हाउ मच वर्क इज नीडिड किन्ना काम रह गया वो सानू परखदे ने कि जद जद साडा ईगो अटैक होंदा ते सानू पता चलदा कि वी आर एक्चुअली नथिंग जद जद वी फेस हार्ड प्रॉब्लम्स लेकिन उस तो बाद भी वी ट्राई टू एक्सेप्ट वट एवर इज हैपनिंग दैट इज द ट्रू फॉर्म ऑफ एक्सेप्टेंस एंड दैट विल हेल्प अस शेड दोज लेयर्स and that is why we here for and this can only happen through guru's grace guru sahib's kripa if we keep visiting the gurdwara if we keep doing each other's sangat agar assi ek duje nu boliye ki theek hai look you're acting in ego ave nahi karna chahida eh koi gursikh sanu bole bahut guru da pyara gursikh koi kamai wala te assi bura man jaiye ke inne kyu bolya sanu ave te fir te assi agge vadh nahi sakde agar koi kyunki jehda संगत भी होंदी है या गुरु दा गुरसिख भी होंदा जेड़ा जिन्हें बाणी पढ़ी होंदी है जेड़ा बाणी नू बंद है ही दैट परसन दैट गुरसिख एक्ट्स लाइक अ मिरर लाइक गुरु ग्रंथ साहब जी दे एक्ट लाइक अ मिरर कि जद असी उन्हां दे सामने होंदे आ सानू साडी कमियां दिखदियां ने कि दिस इज वॉट वी आर लैकिंग एंड दैट इज एग्जैक्टली वॉट अ ट्रू गुरसिख इज वैन वी फेस अ ट्रू गुरसिख सानू अपने अंदर दी कमियां पता लग पैंदियां ने कि साडे विच हुणे किन्ना ईगो बाकी है या किन एंगर इशू है गया या और कोई इशू है गया डिजायर्स नहीं कंट्रोल होंदे या मोह बहुत है गया या अहंकार बहुत है गया एंड दैट इज़ द इम्पोर्टेंस ऑफ अ ट्रू गुरसिक इन आर लाइव्स तदी कदी कोई सानू गुस्सा भी करे या कोई गल कहे सो वी हैव टू ट्राई एंड लिव अप टू दैट बचन दैट आइदर आर गुरु साहब गिव अस वट एवर द बचन द गुरु साहब आइदर दे गिव अस or some gursikh gives us and that is why it's very important to do sangat because we can help each other realize each other's faults jehdi sade vich kamiyan ne ke koi agar kuch kar reha si bol sakne ha ki theek hai you are acting in ego ya you are acting in anger ave nahi karna chahida si it's okay gis guru sahib kehnde ne ho ho sabna ki renuka ave nahi ki kuch kuch jehde bande sanu maade lagde ne उन्हां दी असी सेवा ना करिए गुरु साहब ने क्या है कि मंदा किसे ना आखिए किसी नू भी मंदा नहीं आखना यह सिख्या सानू बाहर जाके नहीं मिलती क्योंकि बाहर जाके तो असी यही सीखने कि जेड़ा साढ़े नाल बुरा करदा असी उन्हूं फिर उदे नाल भी बुरा करिए पर गुरु साहब कह रहे ने मंदा किसे ना आखिए किसी नू भी मंदा नहीं आखना चाहे वह चोर होए क्रिमिनल होए या कोई बहुत अच्छा बंदा होए मंदा किसी नू भी बुरा नहीं आखना यह सिक्ख्या सिर्फ साडा गुरु ही देंदा है बट ए असी प्रैक्टिकली किवें करिए इट्स प्रैक्टिकली इम्पॉसिबल फॉर अस टू डू इट एंड दिस कैन ओनली हैपन विद गुरु साहिब्स कृपा एज मच एज वी ट्राई एंड बी अ पार्ट ऑफ दिस वी कैन हेल्प रेकगनाइज आर ओन सेल्फ एंड साडे जिन्ने फॉल्ट्स ने सानू अपनी प्रॉब्लम्स पता चलनगी कि सानू मैनू गुस्सा ज़्यादा आंदा है या मैं रो जल्दी पैना या मैनू इस चीज़ तो डर लगता है that everyone cannot our family or our relatives siblings cannot be with us at all times sirf guru sahib hi ne they can help us so when once we start reading bani and we ask someone to help us a gursikh who can try and explain us jo sanu explain kar sake ki hai ga te guru granth sahib ji vich vi te bhai gurdas ji di vara vich vi bahut examples ne jehde sanu pata chalega assi apne aap to relate kar sakne ha तद ही सानू साडे विच साडी प्रॉब्लम पता चलेगी तो जब प्रॉब्लम पता चलती है फिर उस तो बाद असी अरदास करिए जद तो गुरु साहब आप मेयर करते हैं तो उहदा सल्यूशन भी मिलता है तो साडा माइंड काम होंदा जांदा है एंड सो लैट्स ऑल ट्राई एंड वर्क एंड हेल्प ईच अदर संगत विच आके संगत का गुण बहुत अधिकाई एंड यहोजे इनवायरमेंट कितने होर सानू मिल भी नहीं सकता जब असी एक दूजे ने वी ट्राइंग टू ब्रिंग ईच अदर वी ट्राइंग टू अपलिफ्ट ईच अदर जब असी संगत विच कोई भी अपने बारे नहीं सोचता सारे एज अ ग्रुप होंदे ने ते तदी वी कैन वर्क टुगेदर एंड हेल्प ईच अदर एंड होपफुली ट्राई एंड शेड सम ऑफ दीज लेयर्स ट्राई एंड गेट अ लिटल डिटैच्ड फ्रॉम दिस इल्यूजन दैट वी थिंक द वी आर जिन्नी भी पुला चुका हो गया उनकी माफ़ कर दे जी वाहेगुरु जी का खालसा वाहेगुरु जी की फतेह